ਜਦੋਂ ਵਰਿੰਦਰ ਦੀ ਡੈਥ ਤੋਂ ਬਾਅਦ ਲੋਕ ਬੰਬੇ ਦੇ ਲੋਕ ਆਉਂਦੇ ਨਹੀਂ ਸੀ ਇੱਥੇ ਸ਼ੂਟਿੰਗ ਵਾਸਤੇ, ਅਤੇ ਬਹੁਤ ਸਾਰੇ ਛੋਟੇ ਮੋਟੇ ਪ੍ਰੋਜੈਕਟ ਜਿਹੜੇ ਸੀ ਲੋਕਲ ਚੱਲ ਰਹੇ ਸੀਗੇ, ਅਤੇ ਕੋਈ ਵੱਡੀ ਸ਼ੂਟਿੰਗ ਵਾਸਤੇ ਬੰਬੇ ਤੋਂ ਜਾਂ ਬਾਹਰੋਂ ਕਿਤੇ ਆਉਣ ਤੋਂ ਤਿਆਰ ਨਹੀਂ ਹੈਗਾ ਸੀ। ਹਾਲਾਤਾਂ ਨੇ ਇੱਕ ਡਰ ਪੈਦਾ ਕਰ ਦਿੱਤਾ ਸੀ, ਜੇ ਨੁਕਸਾਨ ਹੋ ਗਿਆ, ਕੋਈ ਬਾਰਿਸ਼ ਹੋ ਗਈ, ਲੋਕੇਸ਼ਨ ਨਾ ਮਿਲੀ, ਕਿਸੇ ਕਾਰਨ ਪ੍ਰੋਡਿਊਸਰ ਦਾ ਨੁਕਸਾਨ ਹੋ ਜਾਂਦਾ, ਸ਼ੂਟਿੰਗ ਨਹੀਂ ਹੋਈ ਦੋ ਦਿਨ, ਅਤੇ ਉਹ ਸਾਰਾ ਨਜ਼ਲਾ ਵੀ ਲਾਈਨ ਪ੍ਰੋਡਿਊਸਰ ਦੇ ਉੱਤੇ ਡਿੱਗਦਾ। ਜਦੋਂ ਕਿਸਾਨੀ ਮੁੱਦੇ ਦਾ 20 ਸਪਟੰਬਰ ਨੂੰ ਕਾਨੂੰਨ ਲਾਗੂ ਹੁੰਦੇ ਆ, ਸਾਡੇ ਦਸਖਤ ਹੋ ਜਾਂਦੇ ਆ, ਅਤੇ ਉਹ ਤੋਂ ਪਹਿਲਾਂ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਸੀ ਵੀ ਕਾਨੂੰਨ ਬਹੁਤ ਭੈੜੇ ਆ ਸਾਡੇ ਵਾਸਤੇ, ਅਤੇ ਅਸੀਂ ਇਹ ਲਾਸਟ ਲੜਾਈ ਹੋਏਗੀ ਸਾਡੀ, ਅੱਜ ਮੈਂ ਵੀ ਹਾਂ ਜੇ ਇੱਥੇ ਬੈਠਾ, ਮੈਂ ਕਿਤੇ ਨਾ ਕਿਤੇ ਜੇ ਸ਼ੂਟਿੰਗ ਨਹੀਂ ਹੁੰਦੀ ਤਾਂ ਮੈਨੂੰ ਮੇਰੀ ਖੇਤੀ ਤੋਂ ਜਿਹੜੀ ਕਮਾਈ ਆਉਂਦੀ ਹੈ ਅਸੀਂ ਉਹਦੇ ਨਾਲ ਅੱਛੀ ਰੋਟੀ ਖਾ ਰਹੇ ਹਾਂ। ਇਹ ਸਦਾ ਹੀ ਕਿਤੇ ਨਾ ਕਿਤੇ ਜਦੋਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਗੱਲ ਹੁੰਦੀ ਹੈ ਮੈਂ ਨਾਲੋਂ ਜੁੜਦਾ, ਪਰ ਸਿਆਸਤ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ, ਨਾ ਹੀ ਮੈਂ ਸਿਆਸੀ ਜਿਹੜੇ ਮਸਲੇ ਉਹਨਾਂ 'ਚ ਪੈਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਪੂਨਮ ਪਾਰਗਲ ਲੈ ਕੇ ਹਾਜ਼ਰ ਹਾਂ ਤੁਹਾਡਾ ਮਨ ਪਾਉਂਦਾ ਪ੍ਰੋਗਰਾਮ ਸਟਾਰ ਟਾਕਸ, ਜਿਹਦੇ ਵਿੱਚ ਅਸੀਂ ਉਹਨਾਂ ਪਰਸਨੈਲਿਟੀ, ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਨੇ ਲੋਕਾਂ ਦੇ ਦਿਲ ਵਿੱਚ ਥਾਂ ਬਣਾਈ ਹੋਵੇ, ਅਤੇ ਅੱਜ ਸਾਡੇ ਨਾਲ ਅਜਿਹੇ ਸ਼ਖਸ ਮੌਜੂਦ ਨੇ। ਪਰ ਇਸ ਤੋਂ ਪਹਿਲਾਂ ਮੈਂ ਕੁਝ ਲਾਈਨਾਂ ਕਹਿਣਾ ਚਾਹੂੰਗੀ, ਕਿਉਂਕਿ ਕਹਿੰਦੇ ਨੇ ਨਦੀ ਵਿੱਚ ਡਿੱਗਣ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ, ਮੌਤ ਉਦੋਂ ਹੁੰਦੀ ਹੈ ਜਦੋਂ ਉਸਨੂੰ ਤੈਰਨਾ ਨਾ ਆਉਂਦਾ ਹੋਵੇ। ਠੀਕ ਉਸੇ ਤਰ੍ਹਾਂ ਮਾੜੇ ਹਾਲਾਤ ਕਦੇ ਵੀ ਤੁਹਾਡੇ ਲਈ ਸਮੱਸਿਆ ਨਹੀਂ ਲੈ ਕੇ ਆਉਂਦੇ, ਸਮੱਸਿਆ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਮਾੜੇ ਹਾਲਾਤਾਂ ਨਾਲ ਲੜਨਾ ਨਾ ਆਉਂਦਾ ਹੋਵੇ। ਪਰ 1984 ਵਰ੍ਹੇ ਨੂੰ ਝੇਲਦੇ ਹੋਏ, ਆਪਣੇ ਕਰੀਅਰ ਨੂੰ ਗਰੋਥ ਦਿੰਦੇ ਹੋਏ ਜ਼ਿੰਦਗੀ ਸਹਾਰਨ ਵਾਲੇ ਉਸ ਸ਼ਖਸ ਜਿਹੜੇ ਸਾਡੇ ਨਾਲ ਮੌਜੂਦ ਨੇ ਇਸ ਸਮੇਂ, ਮਿਸਟਰ ਦਰਸ਼ਨ ਔਲਖ ਜੀ, ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ। ਤੁਹਾਡਾ ਸਵਾਗਤ ਹੈ ਜੀ, ਤੁਹਾਡਾ ਸ਼ੁਕਰੀਆ ਤੁਸੀਂ ਮੈਨੂੰ ਬੁਲਾਇਆ, ਅਤੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ, ਤੈਅ ਦਿਲੋਂ ਧੰਨਵਾਦ ਜੀ। ਜੀ ਸਰ, ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੇ ਤੁਹਾਡੇ ਬਾਰੇ ਸੋਚਿਆ ਵੀ ਜਾਵੇ ਤਾਂ 1984 ਦਾ ਸਮਾਂ ਅੱਖਾਂ ਸਾਹਮਣੇ ਆ ਜਾਂਦਾ ਹੈ ਕਿ ਕਿਵੇਂ ਉਸ ਤਰ੍ਹਾਂ ਲੋਕ ਜਿਹੜੇ ਸੀਗੇ ਉਹ ਆਪਣਾ ਸਮੇਂ ਬਤੀਤ ਕਰ ਰਹੇ ਸੀ ਜਾਂ ਆਪਣੇ ਸਮੇਂ ਦੇ ਵਿੱਚ ਆਪਣੇ ਕਰੀਅਰ ਵੱਲ ਵੱਧ ਰਹੇ ਸੀ, ਅਤੇ ਤੁਸੀਂ ਅਜਿਹਾ ਕੋਈ ਇੰਸੀਡੈਂਟ ਦੱਸੋਗੇ ਕਿ 1984 ਦੇ ਵਿੱਚ ਤੁਸੀਂ ਆਪਣੇ ਕਰੀਅਰ ਨੂੰ ਕਿਵੇਂ ਗਰੋਥ ਦਿੱਤੀ, ਉਸ ਸਮੇਂ ਤੁਸੀਂ ਖਾੜਕੂਵਾਦ ਨੂੰ ਕਿਵੇਂ ਹੰਡਾਇਆ? ਦੇਖੋ ਜੀ, 1980 ਦੇ ਦਹਾਕੇ ਦੇ ਵਿੱਚ ਜਦੋਂ ਮੈਂ ਆਪਣੇ ਕਾਲਜ ਟਾਈਮ ਦੇ ਵਿੱਚ ਸੀਗਾ, ਕਾਲਜ ਲਾਈਫ ਦੇ ਵਿੱਚ, ਉਦੋਂ ਸਮਾਂ ਬੜਾ ਭਿਆਨਕ ਸੀਗਾ। ਜਿਵੇਂ ਮੈਂ ਗੱਲ ਕੀਤੀ, ਖਾੜਕੂਵਾਦ ਦਾ ਟਾਈਮ ਸੀਗਾ, ਖਾੜਕੂਵਾਦ ਲਿਆਉਣ ਵਾਲੀਆਂ ਸਰਕਾਰਾਂ, ਸਾਡੇ ਹਾਲਾਤ ਪੈਦਾ ਕਰਨ ਵਾਲੀਆਂ ਸਰਕਾਰਾਂ, ਜਿਨ੍ਹਾਂ ਨੇ ਉਹ ਸਮਾਂ ਇੰਨਾ ਭਿਆਨਕ ਲਿਆ ਤਾ, ਜਿਵੇਂ ਅੱਜ ਕੱਲ੍ਹ ਸਾਡੇ ਇੱਕ ਕਰੋਨਾ ਬਿਮਾਰੀ ਦਾ ਸਮਾਂ ਚੱਲ ਰਿਹਾ, ਇਹਦੇ ਤੋਂ ਵੀ ਭਿਆਨਕ ਸਮਾਂ ਸੀ ਉਹ। ਤਾਂ ਉਸ ਸਮੇਂ ਦੇ ਵਿੱਚ ਗਰੋਅ ਕਰਨਾ ਵਾਕਈ ਬਹੁਤ ਔਖਾ ਸੀਗਾ। ਉਸ ਸਮੇਂ ਦੇ ਵਿੱਚ ਕੋਈ ਹਾਲਾਤ ਨਹੀਂ ਸੀ, ਉਦੋਂ ਕਲਾਕਾਰੀ ਵਾਲੇ ਪਾਸੇ ਕੋਈ ਸਾਧਨ ਨਹੀਂ ਹੈਗੇ ਸੀ, ਪਰ ਮੈਂ ਉਸ ਦਹਾਕੇ 'ਚ ਮੇਰੇ ਪਰਿਵਾਰ, ਮੇਰੀ ਮਾਤਾ ਜੀ ਨੇ ਮੈਨੂੰ ਚੰਡੀਗੜ੍ਹ ਭੇਜ ਦਿੱਤਾ ਜੀ, ਅਤੇ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਕੇ ਮੇਰੀ ਸ਼ੁਰੂਆਤ ਜਿਹੜੀ ਭੰਗੜੇ ਦੇ ਨਾਲ ਹੋਈ, ਮੈਂ 3 ਸਾਲ ਭੰਗੜੇ ਦਾ ਕੈਪਟਨ ਵੀ ਰਿਹਾ, ਅਤੇ ਉਹਦੇ ਤੋਂ ਇਲਾਵਾ ਇੱਥੇ ਮਿਊਜ਼ੀਕਲ ਪਲੇ ਹੁੰਦੇ ਸੀਗੇ ਜੀ ਜੀ, ਸੱਸੀ ਪੁੰਨੂ, ਹੀਰ ਰਾਂਝਾ, ਦੁੱਲਾ ਪੱਟੀ, ਸੋਹਣੀ ਮਹੀਵਾਲ, ਉਹ ਪਲੇ ਜਿਹੜੇ ਹੈਗੇ ਸੀ ਉਸ ਸਮੇਂ ਅਸੀਂ ਸ਼ੁਰੂਆਤ ਕੀਤੀ। ਡਾਕਟਰ ਸੁਰਿੰਦਰ ਸ਼ਰਮਾ ਹੁੰਦੇ ਸੀ ਪੰਜਾਬ ਯੂਨੀਵਰਸਿਟੀ ਕਮਿਸਟਰੀ ਡਿਪਾਰਟਮੈਂਟ 'ਚ, ਪੁਰਾਣੇ ਫਿਲਮਾਂ ਦੇ ਵਿੱਚ ਕਮੇਡੀਅਨ ਵੀ ਆਉਂਦੇ ਰਹੇ ਵਰਿੰਦਰ ਦੇ ਟਾਈਮ, ਅਤੇ ਉਹਨਾਂ ਦੇ ਨਾਲ ਰਾਬਤਾ ਕਾਇਮ ਹੋਇਆ, ਅਤੇ ਉਸ ਸਮੇਂ ਫਿਰ ਇਸ ਤਰ੍ਹਾਂ ਦਾ ਮਾਹੌਲ ਸੀਗਾ, 5 ਵਜੇ ਤੱਕ ਕਰਫਿਊ ਲੱਗ ਜਾਂਦਾ ਸੀ ਜੀ ਸ਼ਾਮ ਨੂੰ, ਅਤੇ ਉਹ ਸਮਾਂ ਬੜਾ ਔਖਾ ਹੰਡਾਇਆ, ਸਟਰਗਲ ਦਾ ਟਾਈਮ ਸੀਗਾ, ਅਤੇ ਉਹ ਸਮਾਂ ਨਿਕਲਦੇ ਨਿਕਲਦੇ ਮਤਲਬ ਥੋੜ੍ਹੇ ਜਿਹੇ ਹਾਲਾਤ ਠੀਕ ਹੋਏ, ਅਤੇ ਫਿਰ ਫਿਲਮਾਂ ਜਿਹੜੀਆਂ ਬਣਨੀਆਂ ਸ਼ੁਰੂ ਹੋਈਆਂ ਪੰਜਾਬੀ ਦੀਆਂ ਜੀ। ਕਿਹਾ ਜਾਂਦਾ ਕਿ ਵਰਿੰਦਰ ਹੋਰਾਂ ਦੇ ਜਾਣ ਤੋਂ ਬਾਅਦ ਤੁਸੀਂ ਇੱਕ, ਜੇ ਅਸੀਂ ਦੇਖੀਏ ਕਿ ਪਰਸਨੈਲਿਟੀ ਜਿਸਨੇ ਇੰਡਸਟਰੀ ਨੂੰ ਸਪੈਸ਼ਲੀ ਪੰਜਾਬ ਦੇ ਵਿੱਚ ਉਭਾਰਿਆ ਹੋਵੇ, ਤਾਂ ਕਿੰਨਾ ਕੁ ਮੁਸ਼ਕਿਲ ਰਿਹਾ ਵਰਿੰਦਰ ਹੋਰਾਂ ਦੇ ਜਾਣ ਤੋਂ ਬਾਅਦ? ਦੇਖੋ, ਬੜਾ ਦੁੱਖ ਭਰਿਆ ਸਮਾਂ ਸੀਗਾ ਉਦੋਂ ਵਰਿੰਦਰ ਦੀ ਡੈਥ ਤੋਂ ਬਾਅਦ, ਲੋਕ ਬੰਬੇ ਦੇ ਲੋਕ ਆਉਂਦੇ ਨਹੀਂ ਸੀ ਇੱਥੇ ਸ਼ੂਟਿੰਗ ਵਾਸਤੇ, ਅਤੇ ਬਹੁਤ ਸਾਰੇ ਛੋਟੇ ਮੋਟੇ ਪ੍ਰੋਜੈਕਟ ਜਿਹੜੇ ਸੀ ਲੋਕਲ ਚੱਲ ਰਹੇ ਸੀਗੇ, ਅਤੇ ਕੋਈ ਵੱਡੀ ਸ਼ੂਟਿੰਗ ਵਾਸਤੇ ਬੰਬੇ ਤੋਂ ਜਾਂ ਬਾਹਰੋਂ ਕਿਤੇ ਆਉਣ ਤੋਂ ਤਿਆਰ ਨਹੀਂ ਹੈਗਾ ਸੀ। ਹਾਲਾਤਾਂ ਨੇ ਇੱਕ ਡਰ ਪੈਦਾ ਕਰ ਦਿੱਤਾ ਸੀ, ਅਤੇ ਉਹ ਡਰ ਦੇ ਬਾਅਦ ਕੀ ਸੀ, ਅਸੀਂ ਕੁਛ ਫਿਲਮਾਂ ਬਣਾਈਆਂ ਪੰਜਾਬੀ ਦੀਆਂ, ਜਿਹਦੇ ਕਰਕੇ ਮੇਰਾ ਉਹਦੇ ਵਿੱਚ ਕਹਿ ਲਓ ਵੀ ਮੇਰੀ ਸ਼ੁਰੂਆਤ ਹੋ ਗਈ ਸੀਗੀ, ਉਹਦੇ ਕਰਕੇ ਇੱਕ ਰਾਬਤਾ ਕਾਇਮ ਹੋਇਆ ਬੰਬੇ ਦੇ ਲੋਕਾਂ ਨਾਲ, ਅਤੇ ਉਸ ਤੋਂ ਬਾਅਦ ਅਸੀਂ ਜਿਹੜੀ ਸਭ ਤੋਂ ਪਹਿਲੀ ਵੱਡੀ ਫਿਲਮ ਸੀਗੀ ਉਹ ਗੁਰਦਾਸ ਮਾਨ ਸਾਹਿਬ ਦੀ ਸ਼ਹੀਦੇ ਮੁਹੱਬਤ ਬੂਟਾ ਸਿੰਘ, ਜਿਹਦੇ 'ਚ ਬੰਬੇ ਤੋਂ ਕਾਫੀ ਸਟਾਫ ਆਇਆ ਸੀਗਾ, ਫਿਰ ਸ਼ਹੀਦ ਊਧਮ ਸਿੰਘ ਰਾਜ ਬੱਬਰ ਸਾਹਿਬ ਵਾਲੀ, ਅਤੇ ਉਹਦੇ 'ਚ ਐਜ਼ ਐਕਟਰ ਵੀ ਮੈਂ ਕੰਮ ਕੀਤਾ, ਅਤੇ ਉਹ ਫਿਲਮਾਂ ਦਾ ਜਿਹੜਾ ਲਾਈਨ ਪ੍ਰੋਡਕਸ਼ਨ ਦਾ ਕੰਮ ਸੀ ਸਾਰਾ ਕੀਤਾ,
ਫਿਰ ਆਈ ਸੋਨੂ ਸੂਦ ਦੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ, ਉਹ ਫਿਲਮ ਬਹੁਤ ਵੱਡੀ ਸੀ, ਉਹ ਹਿੰਦੀ ਦੀ ਫਿਲਮ ਸੀ ਅਤੇ ਉਸ ਤੋਂ ਬਾਅਦ ਇਹ ਰਸਤਾ ਖੁੱਲਦਾ ਗਿਆ। ਫਿਰ ਵੀਰ ਜ਼ਾਰਾ ਜੀ, ਵੀਰ ਜ਼ਾਰਾ ਯਸ਼ ਚੋਪੜਾ ਜੀ ਜਿਹੜੇ ਹੈਗੇ, ਉਹ ਫਿਲਮ ਤੋਂ ਬਾਅਦ ਜਿਹੜਾ ਸਿਨੇਮਾ ਫਿਰ ਪੰਜਾਬ 'ਚ ਗਰੋ ਕਰਨਾ ਸ਼ੁਰੂ ਹੋਇਆ, ਤਾਂ ਹੀ ਮੈਨੂੰ ਲੋਕ ਜਿਹੜਾ ਇੰਨਾ ਮਾਨਤਾ ਦਿੰਦੇ ਨੇ। ਕੁਛ ਪੁਰਾਣੇ ਜਿੰਨੇ ਵੀ ਸਾਡੇ ਕਲਾਕਾਰ ਸੀ ਇੱਥੋਂ ਦੇ, ਬਹੁਤ ਸਾਰੇ ਕਲਾਕਾਰਾਂ ਜਿਹਾ ਅਸੀਂ ਕੰਮ ਕਰ ਰਹੇ ਨੇ ਅਤੇ ਉਹ ਇੱਕ ਰਾਬਤਾ ਹੁੰਦਾ ਤੁਹਾਡੇ ਥਰੂ, ਰਸਤਾ ਮਿਲ ਗਿਆ ਉਹਨਾਂ ਨੂੰ ਕੰਮ ਜੀ। ਅਸੀਂ ਕਹਿ ਸਕਦੇ ਹਾਂ ਕਿ ਬਾਲੀਵੁੱਡ ਨੂੰ ਪੰਜਾਬ ਵਿੱਚ ਲਿਆਉਣ ਵਾਲੇ ਸਾਕਸ਼ਤ ਤੁਸੀਂ ਹੋ। ਚਲੋ ਹੈ ਤਾਂ ਮੇਰਾ ਪਰਮਾਤਮਾ ਸਭ ਨੂੰ ਕੰਮ ਦਿੰਦਾ, ਪਰ ਮੈਨੂੰ ਉਹਨਾਂ ਨੇ ਰਸਤਾ ਦਿਖਾਇਆ, ਮੈਨੂੰ ਬਾਲੀਵੁੱਡ 'ਚ ਜਾਣ ਦੀ ਜਾਂ ਬੰਬੇ ਜਾਣ ਦੀ ਲੋੜ ਨਹੀਂ ਪਈ ਅਤੇ ਉਹ ਸਾਰੇ ਇੱਥੇ ਆਏ, ਬਾਲੀਵੁੱਡ ਇੱਥੇ ਹੀ ਚੱਲ ਗਿਆ। ਕਿਉਂਕਿ ਵੀਰ ਜ਼ਾਰਾ ਤੋਂ ਬਾਅਦ ਫਿਰ ਸਿੰਘ ਇਜ਼ ਕਿੰਗ, ਨਮਸਤੇ ਲੰਡਨ, ਲੰਡਨ ਡ੍ਰੀਮ, ਜਬ ਵੀ ਮੈਟ, ਦਿਲ ਬੋਲੇ, ਹੜੀਪਾ, ਰੱਬ ਨੇ ਬਣਾ ਦੀ ਜੋੜੀ, ਬਚਨਾ ਹੈ ਹਸੀਨੋ, ਫੈਂਟਮ, ਮੇਰੇ ਡੈਡ ਕੀ ਮਰੂਤੀ, ਬਹੁਤ ਸਾਰੀਆਂ ਫਿਲਮਾਂ ਮੈਂ ਨਾ ਭੁੱਲ ਜਾਣਾ ਜਿਹਦੇ ਵਿੱਚ ਤੁਸੀਂ ਕੰਮ ਤਾਂ ਕੀਤਾ ਪਰ ਉਹ ਲੋਕਾਂ ਸਾਹਮਣੇ ਨਹੀਂ ਆ ਸਕਿਆ, ਕੀ ਵਜ੍ਹਾ ਸੀ ਇਹਦੀ? ਉਹ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਕਿਉਂਕਿ ਉਹਨਾਂ ਚੀਜ਼ਾਂ ਕਰਕੇ ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ। ਉਹ ਫਿਲਮ ਬੜੀ ਅੱਛੀ ਬਣਾਈ ਸੀ, ਬੂਟਾ ਸਿੰਘ ਸ਼ਾਹ ਬਹੁਤ ਵੱਡਾ ਨਾਮ, ਨਾਵਲਿਸਟ ਵੀ ਆ, ਫਿਲਮ ਮੇਕਰ ਵੀ ਨੇ, ਅਤੇ ਉਹਨਾਂ ਦੀ ਫਿਲਮ ਸੀ। ਪਰ ਉਹ ਫਿਲਮ ਦੇ ਵਿੱਚ ਯੋਗਰਾਜ ਸਿੰਘ ਦੇ ਨਾਲ ਮੇਰਾ ਕਰੈਕਟਰ ਸੀ, ਕਾਲਜ ਸਟੂਡੈਂਟ ਦਾ, ਪਰ ਉਹ ਫਿਲਮ ਸੈਂਸਰ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਸੀ, ਉਹਨਾਂ ਨੇ ਪੂਰੇ ਦਾ ਪੂਰਾ ਮੇਰਾ ਜਿਹੜਾ ਰੋਲ ਸੀ ਕੱਟ ਦਿੱਤਾ। ਦੁੱਖ ਜ਼ਰੂਰ ਹੋਇਆ ਪਰ ਮੇਰੀ ਐਂਟਰੀ ਹੋ ਗਈ ਸਿਨੇਮਾ ਦੇ ਵਿੱਚ। ਹਾਂ, ਕਹਿੰਦੇ ਨੇ ਕਿ ਜਿਹੜਾ ਵੀ ਤੁਹਾਡੇ ਨਾਲ ਵਾਪਰਦਾ ਉਹ ਕਿਤੇ ਨਾ ਕਿਤੇ ਚੰਗੇ ਲਈ ਵਾਪਰਦਾ ਹੁੰਦਾ ਜੀ। ਅਤੇ ਉਸ ਤੋਂ ਬਾਅਦ ਤੁਹਾਡੀਆਂ ਵੀ ਫਿਲਮਾਂ ਜਿਵੇਂ ਬਾਲੀਵੁੱਡ ਨਾਲ ਵੀਰ ਜ਼ਾਰਾ, ਤੁਸੀਂ ਕਿਹਾ ਕਿ ਲਾਈਨ ਪ੍ਰੋਡਿਊਸਰ ਐਜ਼ ਆ ਤੁਸੀਂ ਕੰਮ ਕੀਤਾ, ਤਾਂ ਤੁਹਾਡਾ ਸੁਪਨਾ ਸੀ ਲਾਈਨ ਪ੍ਰੋਡਿਊਸਰ ਕਰਨਾ ਜਾਂ ਫਿਰ ਅਸਿਸਟੈਂਟ ਪ੍ਰੋਡਿਊਸਰ ਕਰਨਾ ਹੈ ਜਾਂ ਫਿਰ ਐਕਟਰ ਬਣਨਾ? ਨਹੀਂ, ਮੈਂ ਤਾਂ ਬੇਸਿਕਲੀ ਤਾਂ ਮੇਰੇ ਅੰਦਰ ਜਿਹੜੀ ਲਗਨ ਸੀ ਉਹ ਤਾਂ ਐਕਟਰ ਦੀ ਸੀ, ਪਰ ਜਦੋਂ ਇੱਥੇ ਇਹ ਜਿਹੜਾ ਪ੍ਰੋਡਕਸ਼ਨ ਨਾਮ ਦੀ ਕੋਈ ਚੀਜ਼ ਨਹੀਂ ਸੀ ਇੱਥੇ, ਕਿਉਂਕਿ ਸ਼ੂਟਿੰਗ ਜਦੋਂ ਹੁੰਦੀ ਸੀ ਤਾਂ ਸਾਨੂੰ ਕਹਿ ਲਓ ਉਦੋਂ ਯੂਜ਼ ਕਰ ਲਿਆ ਜਾਂਦਾ ਸੀ ਸਾਡੇ ਟੇਲੈਂਟ ਨੂੰ। ਤਾਂ ਫਿਰ ਜਦੋਂ ਅਸੀਂ ਸੋਚਿਆ ਵੀ ਜਦੋਂ ਸਾਨੂੰ ਯੂਜ਼ ਹੀ ਕਰ ਰਿਹਾ ਜਾਂ ਸਾਡੇ ਤੋਂ ਕੰਮ ਲੈ ਰਿਹਾ, ਉਸ ਤੋਂ ਪਹਿਲਾਂ ਅਸੀਂ ਸੈਟੇਲਾਈਟ ਦੇ ਉੱਤੇ ਟੀ ਵੀ ਸ਼ੁਰੂ ਹੋਇਆ ਸੀ, ਏਟੀਐਨ ਟੀ ਵੀ, ਉਸ ਤੋਂ ਪਹਿਲਾਂ ਦੂਰਦਰਸ਼ਨ ਦੀ ਮਨੋਪਲੀ ਸੀ, ਦੂਰਦਰਸ਼ਨ 'ਤੇ ਪ੍ਰੋਗਰਾਮ ਬਣਦੇ ਸੀ ਨਵੇਂ ਸਾਲ ਵਗੈਰਾ ਦੇ, ਅਤੇ ਅਸੀਂ ਉਹ ਏਟੀਐਨ ਚੈਨਲ 'ਤੇ ਦੋ ਤਿੰਨ ਸਲੋਟ ਲੈ ਲਏ ਸੀਗੇ ਜੀ। ਉਦੋਂ ਉਸ ਟਾਈਮ ਪ੍ਰੋਗਰਾਮ ਆਉਂਦਾ ਸੀ ਅੱਡੀ ਟੱਪਾ ਟੋਲ ਟਾਈਮ, ਅੱਧੇ ਅੱਧੇ ਘੰਟੇ ਦੇ ਪ੍ਰੋਗਰਾਮ ਸੀ ਜਿਹਦੇ ਪੰਜਾਬ ਦੇ ਸਾਰੇ ਸਿੰਗਰਾਂ ਦੇ ਗਾਣੇ ਹੁੰਦੇ ਸੀ, ਕਮੇਡੀਆਂ ਸਕਿੱਟ ਹੁੰਦੀਆਂ ਸੀ, ਅਤੇ ਅਸੀਂ ਉਹ ਬਣਾਉਣੇ ਸ਼ੁਰੂ ਕਰ ਦਿੱਤੇ। ਉਦੋਂ ਤੋਂ ਬਾਅਦ ਫਿਰ ਮੇਰੇ ਅੰਦਰ ਇੱਕ ਲਿਖਣ ਦੀ ਵੀ ਸੀ, ਮੈਂ ਇੱਕ ਫਿਲਮ ਆਈ ਸੀ ਸੁੱਖਾ, ਰਾਈਟਰ ਮੈਂ ਉਹ ਫਿਲਮ ਲਿਖੀ ਸੁੱਖਾ, ਫਿਰ ਇੱਕ ਖੂਨ ਦਾ ਦਾਜ ਆਈ ਸੀ ਕਿੰਮੀ ਵਰਮਾ ਦੀ ਫਿਲਮ ਸੀ, ਉਸ ਤੋਂ ਬਾਅਦ ਇੱਕ ਆਈ ਸੀ, ਮੇਰੀਆਂ ਪੰਜ ਫਿਲਮਾਂ ਮੈਂ ਲਿਖੀਆਂ ਜਿਹਦੇ 'ਚੋਂ ਤਿੰਨ ਫਿਲਮਾਂ ਜਿਹੜੀਆਂ ਫਲੋਰ 'ਤੇ ਆਈਆਂ। ਪਰ ਉਸ ਸਮੇਂ ਸਿਨੇਮਾ ਬੜਾ ਛੋਟਾ ਸੀਗਾ, 22 ਲੱਖ ਦੇ ਵਿੱਚ ਫਿਲਮਾਂ ਬਣਦੀਆਂ ਸੀ, 15 ਲੱਖ ਤੋਂ ਸਟਾਰਟ ਹੁੰਦੀਆਂ ਸੀਗੀਆਂ, ਅਤੇ ਉਸ ਕਰਕੇ ਇੰਨਾ ਗਰੋਹ ਨਹੀਂ ਸੀ ਫਿਲਮਾਂ ਦੇ ਵਿੱਚ, ਔਰ ਹਾਲਾਤ ਖਰਾਬ ਸੀ, ਦਿਨ ਦੇ ਵਿੱਚ 3 ਸ਼ੋਅ ਚੱਲਦੇ ਹੁੰਦੇ ਸੀ, ਰਾਤ ਦੇ ਸ਼ੋਅ ਨਹੀਂ ਚੱਲਦੇ ਸੀ ਜੀ, ਅਤੇ ਰਿਕਵਰੀ ਨਹੀਂ ਹੈਗੀ ਸੀ। ਅੱਛਾ ਜੇ ਗੱਲ ਕਰੀਏ ਪਹਿਲੇ ਦੇ ਸਿਨੇਮੇ ਦੀ ਅਤੇ ਹੁਣ ਦੇ ਸਿਨੇਮੇ ਦੀ, ਟੈਕਨੋਲੋਜੀ ਆ ਗਿਆ ਨੇ, ਲੋਕ ਵਾਧੂ ਨੇ, ਅਤੇ ਇਹ ਜਿਹੜਾ ਏਰੀਆ ਉਹ ਵੀ ਕਾਫੀ ਫੈਲਦਾ ਜਾ ਰਿਹਾ, ਫਿਰ ਇਹਦਾ ਕੀ ਤੁਹਾਡੇ 'ਤੇ ਜੇ ਇੰਪੈਕਟ ਪੈ ਰਿਹਾ ਤਾਂ ਉਸਦਾ ਉਲਟਾ ਪ੍ਰਭਾਵ ਵੀ ਪੈ ਰਿਹਾ ਹੋਣਾ, ਕੁਝ ਅਜਿਹੀਆਂ ਗੱਲਾਂ? ਦੇਖੋ ਕੀ ਹੁੰਦਾ, ਵੈਸੇ ਤਾਂ ਖੁਸ਼ੀ ਹੋਈ ਹੈ ਵੀ ਚਲੋ ਸਿਨੇਮਾ ਗਰੋ ਹੋਇਆ, ਕਾਫੀ ਲੋਕਾਂ ਨੂੰ ਕੰਮ ਮਿਲ ਰਿਹਾ ਜੀ, ਉਹਦੇ ਵਿੱਚ ਬੁਰਾ ਤਾਂ ਕੁਛ ਨਹੀਂ, ਸਾਡੇ ਕੋਲ ਕੁਛ ਸਿੱਖ ਕੇ ਗਏ ਹੋਏ ਲੜਕੇ ਜਿਹੜੇ ਕੰਮ ਕਰ ਰਹੇ ਨੇ, ਅੱਛਾ ਲੱਗਦਾ ਜਦੋਂ ਦੱਸਦੇ ਨੇ ਫੋਨ 'ਤੇ ਵੀ ਇਹ ਕੰਮ ਅਸੀਂ ਕਰ ਰਹੇ ਹਾਂ, ਅਤੇ ਖੁਸ਼ੀ ਹੁੰਦੀ ਹੈ ਇਹ ਕੰਮ ਕਰ ਰਹੇ ਨੇ, ਅਤੇ ਉਹਦੇ ਨਾਲ ਕੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ, ਇੱਥੇ ਪੰਜਾਬ 'ਚ ਸ਼ੂਟਿੰਗ ਹੋ ਰਹੀਆਂ, ਪੰਜਾਬੀ ਸਿਨੇਮਾ ਓਪਨ ਹੋਇਆ ਵਰਲਡਵਾਈਡ, ਅੱਜ ਸਾਡੀ ਮਾਰਕੀਟ ਵੱਡੀ ਹੋ ਗਈ ਹੈ, ਪੰਜਾਬੀ ਮਾਂ ਬੋਲੀ ਨੂੰ ਲੋਕ ਪਿਆਰ ਦੇ ਰਹੇ ਆ, ਇਹ ਮੇਰੇ ਲਈ ਤਾਂ ਖੁਸ਼ੀ ਦੀ ਗੱਲ ਆ, ਕਿਉਂਕਿ ਕਮ ਸੇ ਕਮ ਅਸੀਂ ਇੱਕ ਸ਼ੁਰੂਆਤ ਕੀਤੀ ਸੀ ਅਤੇ ਅੱਜ ਸਿਨੇਮਾ ਇੰਨਾ ਵੱਡਾ ਹੋਇਆ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ। ਕੁਝ ਅਜਿਹਾ ਨਹੀਂ ਹੁੰਦਾ ਕਿਉਂਕਿ ਇਸ ਹੁਣ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕੇਸ਼ਨ ਲਈ ਤੁਹਾਡੇ ਕੋਲ ਕਾਲ ਆਉਂਦੇ ਹੋਣਗੇ, ਪਰ ਉਹ ਕਈ ਨਾ ਕਈ ਤੁਹਾਡੇ ਜੂਨੀਅਰਸ ਕੋਲ ਚੱਲ ਜਾਣ, ਜਾਂ ਜੂਨੀਅਰਸ ਕੋਲ ਜੂਨੀਅਰਸ ਦੇ ਕਰਕੇ ਤੁਹਾਨੂੰ ਉਹ ਪ੍ਰੋਜੈਕਟ ਨਾ ਮਿਲਿਆ ਹੋਵੇ। ਦੇਖੋ ਮੈਂ ਸ਼ੁਰੂ ਤੋਂ ਕਹਿੰਦਾ ਹੁਣ, ਜਿਹੜਾ ਤੁਹਾਡੇ ਮੱਥੇ ਦਾ ਲਿਖਿਆ, ਜਿਹੜੇ ਦਾਣੇ ਪਰਮਾਤਮਾ ਨੇ ਤੁਹਾਡੇ ਨਾਲ ਲਿਖ ਦਿੱਤੇ ਉਹ ਤੁਹਾਨੂੰ ਹੀ ਮਿਲਣੇ ਆ ਜੀ, ਜੋ ਤੁਹਾਡੀ ਤਕਦੀਰ ਪਰਮਾਤਮਾ ਨੇ, ਜੇ ਮੈਂ ਇੱਥੋਂ ਤੱਕ ਆਇਆ ਸੀ ਮੈਨੂੰ ਇੱਥੋਂ ਤੱਕ ਕੰਮ ਮਿਲ ਰਿਹਾ ਤਾਂ ਮੇਰੀ ਤਕਦੀਰ ਹੈ, ਮੇਰਾ ਮੁਕੱਦਰ ਆ, ਕਿਸੇ ਦਾ ਮੁਕੱਦਰ ਮੈਂ ਖਾਣਾ ਵੀ ਨਹੀਂ ਚਾਹੁੰਦਾ, ਕਿਉਂਕਿ ਸਾਡੇ ਜਿਹੜੀ ਟੀਮ ਅਸੀਂ ਸਾਫ਼ ਸੁਥਰਾ ਕੰਮ ਕਰਦੇ ਹਾਂ, ਵਧੀਆ ਕੰਮ ਕਰਦੇ ਹਾਂ, ਤਾਂ ਹੀ ਅੱਜ ਅਸੀਂ ਇੰਨੇ ਸਾਲਾਂ ਤੋਂ ਟਿਕੇ ਹੋਏ ਹਾਂ, ਸਾਡੀ ਇੱਕ ਅੱਛੀ ਟੀਮ ਹੈ ਅਤੇ ਸਾਰੇ ਦਿਲੋਂ ਕੰਮ ਕਰਦੇ ਆ, ਬਾਕੀ ਕੀ ਹੁੰਦਾ ਢਿੱਡ ਤੁਹਾਡਾ ਨਹੀਂ ਭਰਦਾ ਹੈ ਨਾ,
ਜੀ ਜੇ ਤੁਹਾਨੂੰ ਕੰਮ ਨਾਲ ਪਿਆਰ ਹੋਵੇ ਫਿਰ ਤਾਂ ਕੀ ਹੈ ਜਿੰਨਾ ਵੀ ਕੰਮ ਆ ਜਾਵੇ ਮੈਂ ਆਪਣੇ ਦਿਲੋਂ ਕਰਾਂ ਤੇ ਕਿਸੇ ਦਾ ਨੁਕਸਾਨ ਨਾ ਕਰਾਂ। ਇਹ ਮਿਹਨਤ ਆ, ਜਿੰਨੀ ਮਿਹਨਤ ਤੁਸੀਂ ਕਰ ਲਓਗੇ ਓਨਾ ਹੀ ਤੁਹਾਡਾ ਗਰੋਹ ਹੋਏਗਾ। ਅਸੀਂ ਮਿਹਨਤ ਨਾਲ ਕੰਮ ਕਰਦੇ, ਸਾਡੀ ਮਿਹਨਤ ਜੇ ਸਾਡੇ ਕੋਲ ਜਿਹੜਾ ਕੁਛ ਆਉਣਾ ਉਹਨੇ ਆਉਣਾ ਹੀ ਆ। ਹਾਂ ਕੁਛ ਨਵੇਂ ਲੋਕ ਆ, ਕੁਛ ਲਾਲਚੀ ਲੋਕ ਹੈ, ਕੁਛ ਸਸਤੇ 'ਚ ਕਰਨਾ ਚਾਹੁੰਦੇ ਆ, ਜਾਂ ਕੁਛ 100 ਸੋਚਾਂ ਹੁੰਦੀਆਂ ਲੋਕਾਂ ਦੀਆਂ, ਉਹਨਾਂ ਨੂੰ ਆਪਾਂ ਕੁਛ ਨਹੀਂ ਕਹਿ ਸਕਦੇ। ਹਰ ਇੱਕ ਦਾ ਹੱਕ ਹੈ ਆਪਣੇ ਤਰੀਕੇ ਨਾਲ ਕੰਮ ਕਰਨ ਦਾ, ਪਰ ਅਸੀਂ ਜਿੰਨਾ ਵੀ ਕੰਮ ਕਰਦੇ ਅੱਛੇ ਬੈਨਰਸ ਨਾ ਕਰਦੇ ਹਾਂ। ਜਿੰਨੇ ਵੀ ਬੰਬੇ ਦੇ ਬੰਦੇ ਬੈਨਰਸ ਨੇ, ਯਸ਼ਰਾਜ ਹੋ ਗਿਆ, ਸ਼ਾਹਰੁਖ ਖਾਨ ਦਾ ਹੋ ਗਿਆ, ਰੈੱਡ ਚਿੱਲੀ ਹੋ ਗਿਆ, ਸਲਮਾਨ ਖਾਨ ਦਾ ਹੋ ਗਿਆ, ਆਪਣੇ ਜਿੰਨੇ ਵੀ ਇਮਤਿਆਜ਼ ਅਲੀ ਹੋ ਗਏ, ਇਹ ਸਾਰੇ ਵੱਡੇ ਜਿੰਨੇ ਵੀ ਪ੍ਰੋਡਿਊਸਰਸ ਨੇ, ਇਹਨਾਂ ਨਾਲ ਕੰਮ ਕਰਦਾ ਜੀ। ਮਾਫ਼ੀ ਚਾਹੂੰਗੀ, ਮੇਰੇ ਬਹੁਤ ਸਾਰੇ ਕੁਸ਼ਚਨ ਤੁਹਾਨੂੰ ਦੇਖ ਕੇ ਭੁੱਲ ਜਾ ਰਹੇ ਨੇ, ਕਿਉਂਕਿ ਤੁਸੀਂ, ਮੇਰੀ ਉਮਰ ਛੋਟੀ ਹੈ, ਤੁਹਾਡਾ ਤਜ਼ਰਬਾ ਬਹੁਤ ਵੱਡਾ, ਅਤੇ ਮੈਂ ਇੰਨੇ ਸਾਰੇ ਕੁਸ਼ਚਨਸ ਨਹੀਂ ਕਰ ਸਕਦੀ, ਬਟ ਫਿਰ ਵੀ ਕੁਝ ਕੁਸ਼ਚਨਸ ਨੇ ਮੇਰੇ ਕਿ ਤੁਹਾਡਾ ਬਾਲੀਵੁੱਡ ਦਾ ਸਫ਼ਰ ਕਿਵੇਂ ਰਿਹਾ, ਕਿਵੇਂ ਤੁਹਾਨੂੰ ਕਾਸਟ ਕੀਤਾ ਗਿਆ, ਤੁਸੀਂ ਆਡੀਸ਼ਨਸ ਦਿੱਤੇ, ਜਾਂ ਕਿਵੇਂ ਰਿਹਾ ਇਹ ਪ੍ਰੋਜੈਕਟ? ਨਹੀਂ, ਮੈਂ ਪਹਿਲੀ ਫਿਲਮ ਜਿਵੇਂ ਮੈਂ ਦੱਸਿਆ ਵੀ ਅਸੀਂ ਸ਼ਹੀਦੇ ਆਜ਼ਮ ਭਗਤ ਸਿੰਘ ਸੋਨੂੰ ਸੂਰਤੀ ਬਣਾਈ ਸੀ, ਉਹਦੇ 'ਚ ਮੈਂ ਚਾਚਾ ਅਜੀਤ ਸਿੰਘ ਦਾ ਰੋਲ ਕੀਤਾ ਸੀ, ਅਮਰ ਨੂਰੀ ਮੇਰੇ ਨਾਲ ਵਾਈਫ ਦਾ ਰੋਲ ਕੀਤਾ ਸੀ ਉਹਨੇ, ਅਤੇ ਭਗਤ ਸਿੰਘ ਦੀ ਜਿਹੜੀ ਹਿਸਟਰੀ ਹੈ, ਲਾਈਫ ਹਿਸਟਰੀ, ਉਹਦੇ ਵਿੱਚ ਚਾਚਾ ਅਜੀਤ ਸਿੰਘ ਦਾ ਬਹੁਤ ਵੱਡਾ ਰੋਲ ਆ। ਉਹ ਹਿੰਦੀ ਫਿਲਮ ਸੀ, ਉਹਦੇ ਕਰਕੇ ਮੈਨੂੰ ਬੂਸਟ ਮਿਲ ਗਿਆ। ਉਸ ਤੋਂ ਪਹਿਲਾਂ ਆਲਰੇਡੀ ਮੈਂ ਕੰਮ ਕਰ ਰਿਹਾ ਸ਼ਹੀਦੇ ਮੁਹੱਬਤ ਬੂਟਾ ਸਿੰਘ 'ਚ, ਮੇਨ ਵਿਲਨ ਕੀਤਾ ਸੀ ਸ਼ਹੀਦੇ ਆਜ਼ਮ, ਸ਼ਹੀਦ ਊਧਮ ਸਿੰਘ ਦੇ ਵਿੱਚ ਰਾਜ ਬੱਬਰ ਦੇ ਦੋਸਤ ਦਾ ਕਰੈਕਟਰ ਸੀ, ਅਤੇ ਸ਼ੁਰੂਆਤ ਅੱਛੀ ਹੋ ਚੁੱਕੀ ਸੀ, ਪਰ ਮੈਨੂੰ ਬਿਨਾਂ ਕਾਸਟ ਦੇ ਵੀਰ ਜ਼ਾਰਾ ਦੇ ਵਿੱਚ ਯਸ਼ ਚੋਪੜਾ ਜੀ ਨੇ ਜਿਹੜਾ ਕੰਮ ਦਿੱਤਾ, ਉਹਦੇ 'ਚ ਮੇਰਾ ਡਬਲ ਰੋਲ। ਕੀ ਕਹਾਣੀ ਸੀ ਉਹਦੇ 'ਚ? ਇਸ ਤਰ੍ਹਾਂ ਹੋਇਆ, ਜਦੋਂ ਮੈਂ ਮੇਰੇ ਨਾਲ ਲੋਕੇਸ਼ਨ ਰੈਕੀ ਕਰ ਰਹੇ ਸੀ ਯਸ਼ ਜੀ, ਅਤੇ ਅਸੀਂ ਘੁੰਮ ਰਹੇ ਸੀ, ਤਾਂ ਮੈਨੂੰ ਕੁਛ ਦੋ ਜਗ੍ਹਾ 'ਤੇ ਪਿੰਡ ਦੇ ਲੋਕਾਂ ਨੇ ਮੇਰੇ ਨਾਲ ਫੋਟੋ ਵਗੈਰਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਾਂ ਮੈਨੂੰ ਐਜ਼ ਐਕਟਰ ਪਿਆਰ ਦਿੱਤਾ, ਅਤੇ ਯਸ਼ ਜੀ ਕਹਿਣ ਲੱਗੇ ਵੀ ਤੇਰਾ ਬੜਾ ਰੌਲਾ ਵੀ ਇੱਥੇ ਪੰਜਾਬ 'ਚ, ਅਤੇ ਮੈਂ ਕਿਹਾ ਜੀ ਮੈਂ ਐਜ਼ ਐਕਟਰ ਵੀ ਕੰਮ ਕੀਤਾ। ਅਤੇ ਫਿਰ ਉਹਨਾਂ ਨੇ ਮੈਨੂੰ ਫਿਲਮ ਦੇ ਵਿੱਚ ਇੱਕ ਬਹੁਤ ਵਧੀਆ ਰੋਲ ਸੀ, ਜਦੋਂ ਰਾਣੀ ਮੁਖਰਜੀ ਪਾਕਿਸਤਾਨ ਤੋਂ ਇੰਡੀਆ ਆਉਂਦੀ ਹੈ, ਹਾਂ, ਤੇ ਬਾਈਕ 'ਤੇ ਮੁੰਡਾ ਨਹੀਂ ਹੁੰਦੇ ਆਪਣੇ ਪੰਜਾਬੀ ਮੁੰਡੇ ਘੁੰਮਦੇ ਰਹਿੰਦੇ, ਉਸ ਟਾਈਮ ਦਾ ਕਰੈਕਟਰ ਸੀਗਾ, ਅਤੇ ਯਸ਼ ਜੀ ਨੇ ਮੇਰੇ ਕੋਲ ਕਰਵਾਇਆ। ਉਸ ਤੋਂ ਬਾਅਦ ਅਸੀਂ ਬੰਬੇ ਇੱਕ ਗਾਣਾ ਕਰ ਰਹੇ ਸੀ, ਆ ਗਈ ਲੋਹੜੀ ਵੇ, ਜਿਹੜਾ ਲੋਹੜੀ ਵਾਲਾ ਗੀਤ ਸੀ, ਅਤੇ ਉਹਦੇ ਵਿੱਚ ਇੱਕ ਕਰੈਕਟਰ ਸੀਗਾ ਗਾਣੇ ਸ਼ੁਰੂਆਤ ਕਰਨ ਵਾਸਤੇ, ਅਤੇ ਉਹਦੇ ਉਹਨਾਂ ਨੂੰ ਚਾਹੀਦਾ ਸੀਗਾ ਗਾਣੇ ਦੀ ਸ਼ੁਰੂਆਤ ਇੱਕ ਸਰਦਾਰ ਚਾਹੀਦਾ ਸੀ, ਉਹਨਾਂ ਨੇ ਮੈਨੂੰ ਗੈਟਅਪ ਲਗਾ ਕੇ ਦਾੜੀ ਦੂੜੀ ਲਗਾ ਲੋਹੜੀ ਕੀ ਸੀ, ਹੈ ਨਾ, ਆਪ ਤਾਂ ਐਵੇਂ ਮੀਨਸ ਅਸੀਂ ਉਹਨਾਂ ਸਮਾਂ ਦੇ ਵਿੱਚ ਹੰਡਾਇਆ ਹੋਇਆ, ਅਤੇ ਸਾਡੇ ਖੂਨ ਦੇ ਵਿੱਚ ਹੀ ਆ ਜੱਟ, ਮੀਨਸ ਫੁਰਗਾ ਬਣਾ ਹੋਣਾ ਜਾਂ ਫਿਰ ਸ਼ੋਅ ਆਫ। ਉਹਨਾਂ ਨੇ ਮੈਨੂੰ ਕਿਰਦਾਰ ਫਿਰ ਉੱਥੇ ਮੈਨੂੰ ਕਹਿੰਦੇ ਹੁਣ ਗੈਟਅਪ ਦੂਸਰਾ ਦੇ ਤਾ ਤੈਨੂੰ, ਤੂੰ ਡਬਲ ਰੋਲ ਕਰ ਫਿਲਮ ਦੇ ਵਿੱਚ, ਅਤੇ ਮੇਰੇ ਲਈ ਬੜੀ ਵੱਡੀ ਗੱਲ ਸੀ। ਅਤੇ ਉਸ ਤੋਂ ਬਾਅਦ ਫਿਰ ਇਹ ਸ਼ੁਰੂਆਤ ਹੋ ਗਈ, ਜਿਹੜੀ ਵੀ ਮੈਂ ਫਿਲਮ ਦੀ ਕਾਸਟ ਨਾਲ ਜੁੜਦਾ ਸੀਗਾ ਉਹਦੇ ਵਿੱਚ ਐਜ਼ ਐਕਟਰ ਵੀ ਕੰਮ ਕਰਦਾ ਰਿਹਾ ਮੈਂ, ਅਤੇ ਐਜ਼ ਲਾਈਨ ਪ੍ਰੋਡਿਊਸਰ ਵੀ ਕੰਮ ਕੀਤਾ। ਜੀ, ਦੇਖਿਆ ਜਾਵੇ ਤਾਂ ਲਾਈਨ ਪ੍ਰੋਡਿਊਸਰ ਨਿਊ ਟਰਮ ਆ, ਇਹ ਵੀ ਕਹਿ ਸਕਦੇ ਹਾਂ ਕਿ ਤੁਸੀਂ ਇਸਦੇ ਜਨਮਦਾਤਾ ਹੋ, ਜਿਹਨੇ ਐਕਚੁਅਲ ਜਿਹੜਾ ਪ੍ਰੋਡਕਸ਼ਨ ਹਾਊਸ ਆ, ਪ੍ਰੋਡਕਸ਼ਨ ਕੋਆਰਡੀਨੇਟਰ ਆ, ਉਹਨੂੰ ਅਲੱਗ ਕਰਕੇ ਲਾਈਨ ਪ੍ਰੋਡਿਊਸਰ ਬਣਾਇਆ, ਅਤੇ ਇੱਕ ਵਾਰ ਥੋੜ੍ਹਾ ਐਕਸਪਲੇਨ ਕਰੋਗੇ ਕਿ ਇਹਦੇ ਵਿੱਚ ਕੀ ਕੰਮ ਆਉਂਦਾ ਅਤੇ ਤੁਸੀਂ ਕਿਵੇਂ ਮੈਨੇਜ ਕਰਦੇ ਹੋ? ਐਕਚੁਲੀ ਸਟਾਰਟ ਦੇ ਵਿੱਚ ਤਾਂ ਸਾਡੀਆਂ ਵੀ ਪੁਰਾਣੀਆਂ ਫਿਲਮਾਂ 'ਚ ਸਾਨੂੰ ਪ੍ਰੋਡਕਸ਼ਨ ਮੈਨੇਜਰ ਜਾਂ ਪ੍ਰੋਡਕਸ਼ਨ ਕੰਟਰੋਲਰ ਦਾ ਨਾਮ ਦਿੱਤਾ ਹੋਇਆ, ਕਿਉਂਕਿ ਪਹਿਲਾਂ ਲਾਈਨ ਪ੍ਰੋਡਿਊਸਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਹਾਂਜੀ ਹਾਂਜੀ। ਪਰ ਜਦੋਂ ਹਿੰਦੀ ਸਿਨੇਮਾ ਦੇ ਵਿੱਚ ਬਾਲੀਵੁੱਡ ਜਾਂ ਹਾਲੀਵੁੱਡ ਦੇ ਲੋਕਾਂ ਦਾ ਦੇਖਿਆ ਵੀ ਲਾਈਨ ਪ੍ਰੋਡਿਊਸਰ ਦਾ ਮਤਲਬ ਇਹ ਹੁੰਦਾ, ਜਿਸ ਤਰ੍ਹਾਂ ਟਾਇਰ ਹੁੰਦਾ, ਪਹੀਆ ਹੁੰਦਾ ਸਾਈਕਲ ਦਾ, ਉਹਦੇ ਵਿੱਚ ਜਿਹੜਾ ਉਹ ਹੁੰਦਾ ਤੁਰਾ ਹੁੰਦਾ, ਉਹਦੇ ਦੁਆਲੇ ਸਾਰਾ ਕੁਛ ਘੁੰਮਦਾ, ਅਤੇ ਲਾਈਨ ਪ੍ਰੋਡਿਊਸਰ ਫਿਲਮ ਦੇ ਸ਼ੁਰੂ ਤੋਂ ਲੈ ਕੇ ਫਿਲਮ ਦੇ ਰਿਲੀਜ਼ ਤੱਕ ਸਾਰਾ ਕੰਮ ਕਰਦਾ। ਉਹਦੇ ਵਿੱਚ ਜਦੋਂ ਸ਼ੂਟਿੰਗ ਵਾਸਤੇ ਲੋਕੇਸ਼ਨ ਚਾਹੀਦੀ ਹੈ, ਤੁਹਾਨੂੰ ਕੈਟਰਿੰਗ, ਹੋਟਲ, ਟਰਾਂਸਪੋਰਟ, ਲੋਕਲ ਆਰਟਿਸਟ, ਕਰਾਊਡ, ਪਰਮਿਸ਼ਨ ਫਿਲਮ ਉਹਦੇ ਵਾਸਤੇ ਲੋਕੇਸ਼ਨਸ ਦੀਆਂ, ਸਿਕਿਉਰਿਟੀ ਅਰੇਂਜਮੈਂਟ, ਮਤਲਬ ਸਾਰਾ ਕੰਮ ਲਾਈਨ ਪ੍ਰੋਡਿਊਸਰ ਦਾ ਹੁੰਦਾ। ਸਵੇਰੇ ਸ਼ੂਟਿੰਗ ਸਟਾਰਟ ਕਰਾਉਣ ਤੋਂ ਰਾਤ ਨੂੰ ਬੰਦ ਕਰਾਉਣ ਤੱਕ ਲਾਈਨ ਪ੍ਰੋਡਿਊਸਰ ਦਾ ਹੋਣਾ ਲਾਜ਼ਮੀ ਹੈ। ਜੇ ਕੋਈ ਚੀਜ਼ ਦੀ ਘਾਟ ਹੋ ਜਾਵੇ ਫਿਰ ਲਾਈਨ ਪ੍ਰੋਡਿਊਸਰ, ਉਹ ਦੇਖੋ ਇਹ ਥੈਂਕਲੈਸ ਜੋਬ ਵੀ ਹੈ। ਜੇ ਨੁਕਸਾਨ ਹੋ ਗਿਆ, ਕੋਈ ਬਾਰਿਸ਼ ਹੋ ਗਈ, ਲੋਕੇਸ਼ਨ ਨਾ ਮਿਲੀ, ਕਿਸੇ ਕਾਰਨ ਪ੍ਰੋਡਿਊਸਰ ਦਾ ਨੁਕਸਾਨ ਹੋ ਜਾਂਦਾ, ਸ਼ੂਟਿੰਗ ਨਹੀਂ ਹੋਈ ਦੋ ਦਿਨ, ਅਤੇ ਉਹ ਸਾਰਾ ਨਜ਼ਲਾ ਵੀ ਲਾਈਨ ਪ੍ਰੋਡਿਊਸਰ ਦੇ ਉੱਤੇ ਡਿੱਗਦਾ ਵੀ ਤੇਰੇ ਕਰਕੇ ਸਾਡਾ ਨੁਕਸਾਨ ਹੋਇਆ। ਪਰ ਇਹ ਤਾਂ ਨੇਚਰ ਆ ਵੀ, ਦੇਖੋ ਕੁਦਰਤੀ, ਹੁਣ ਜੇ ਮੀਂਹ ਪੈ ਗਿਆ ਜਾਂ ਕੋਈ ਆਰਟਿਸਟ ਬਿਮਾਰ ਹੋ ਗਿਆ ਜਾਂ ਕੁਛ ਪ੍ਰੋਬਲਮ ਆਉਂਦੀ ਹੈ, ਜਿਹੜੇ ਅੱਛੇ ਮੇਕਰ ਆ ਉਹ ਗੱਲ ਨੂੰ ਸਮਝਦੇ ਆ। ਪਰ ਬਤੌਰ ਤੁਸੀਂ ਲਾਈਨ ਪ੍ਰੋਡਿਊਸਰ ਵੀ ਕਾਫੀ ਘੈਂਟ ਫਿਲਮਾਂ ਦਿੱਤੀਆਂ ਨੇ, ਆਸਕਰ ਵਿਨਿੰਗ, ਆਸਕਰ ਨੋਮੀਨੇਟਿਡ ਫਿਲਮਾਂ ਤੁਸੀਂ ਦਿੱਤੀਆਂ ਨੇ,
ਹਾਂਜੀ ਮੈਂ ਦੇਖੋ ਜੀ ਸਬਾਬ ਸਿੰਘ ਆ ਕਿੱਥੇ ਮੈਂ ਤਾਂ ਸੋਚਿਆ ਸੀ ਪੰਜਾਬੀ ਸਿਨੇਮੇ ਦੇ ਵਿੱਚ ਰਵਾਂਗਾ ਕਿੱਥੇ ਹਾਂ ਬਾਲੀਵੁੱਡ 'ਚ ਚਲੇ ਗਏ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਤਾਂ ਸੋਚਿਆ ਜੀ ਹਾਂ ਹਾਲੀਵੁੱਡ ਤੁਹਾਡਾ ਸਫ਼ਰ ਜਿਹੜਾ ਦ ਮੂਵੀ 0 Dark 30 ਟਰਨਿੰਗ ਪੁਆਇੰਟ ਰਹੀ ਹੈ ਤੁਹਾਡੇ ਲਈ ਜੀ ਜੀ ਬਹੁਤ ਵੱਡੀ ਫਿਲਮ ਸੀ ਬਹੁਤ ਵੱਡੇ ਮੇਕਰ ਸੀ ਕੈਥਰੀਨ ਬਿਗਲੋ ਦੇ ਨਾਲ ਕੰਮ ਕਰਨਾ ਹੀ ਆਪਣੇ ਆਪ 'ਚ ਜਿਹਨੂੰ 9 Oscar ਅਵਾਰਡ ਮਿਲੇ ਹੁਣ ਹਟ ਲੋਕਰ ਫਿਲਮ ਲਈ ਔਰ ਉਹਦੇ ਨਾਲ ਇਹ ਫਿਲਮ ਕਰਨਾ ਫਿਰ ਉਹਦੇ 'ਚ ਐਜ਼ ਐਕਟਰ ਕੰਮ ਕਰਨਾ ਦੋ ਤੋਂ 2.5 ਮਹੀਨੇ ਦਾ ਸ਼ਡਿਊਲ ਸੀ ਉਹਨਾਂ ਦਾ ਚੰਡੀਗੜ੍ਹ ਦੇ ਆਸ ਪਾਸ ਦੇ ਏਰੀਏ ਵਿੱਚ ਅਤੇ ਉਹ ਮੈਂ ਸਾਰੀ ਫਿਲਮ ਹੰਡਾਈ ਹੈ ਆਪਣੇ ਔਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਅੱਛਾ ਜੇ ਦੇਖੀਏ ਠੀਕ ਆ ਬੋਲੀਵੁੱਡ ਤੋਂ ਬੋਲੀਵੁੱਡ ਪਰ ਜੇ ਬੋਲੀਵੁੱਡ ਤੋਂ ਹਾਲੀਵੁੱਡ ਦੀ ਗੱਲ ਕਰੀਏ ਕਿਵੇਂ ਕਾਸਟ ਕੀਤਾ ਉਹਨਾਂ ਨੇ ਤੁਹਾਨੂੰ ਕੀ ਕੁਝ ਦੇਖਿਆ ਮੈਂ ਜਦੋਂ ਫਿਲਮ ਕਰ ਰਿਹਾ ਸੀ ਅਤੇ ਜਿਹੜੇ ਉਹਨਾਂ ਦੇ ਕਾਸਟਿੰਗ ਕਰ ਰਹੇ ਸੀਗੇ ਉਹ ਬੋਂਬੇ ਤੋਂ ਇੱਕ ਲੇਡੀ ਵੀ ਸੀਗੀ ਅਤੇ ਉਹਨਾਂ ਦਾ ਗੋਰਾ ਵੀ ਸੀਗਾ ਜੀ ਜਿਹੜੇ ਕਾਸਟ ਕਰ ਰਹੇ ਸੀ ਅਤੇ ਜਦੋਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਲੋਕਲ ਆਰਟਿਸਟਾਂ ਨੂੰ ਮਿਲਵਾ ਰਿਹਾ ਸੀ ਅਤੇ ਮੈਂ ਉਹਨਾਂ ਨੇ ਦੱਸਿਆ ਜੀ ਇਹ ਖੁਦ ਵੀ ਐਕਟਰ ਹੈਗੇ ਹੈ ਨਾ ਅਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਮੈਨੂੰ ਕਾਂਸਟੇਬਲ ਵਾਸਤੇ ਪਹਿਲਾਂ ਕਾਸਟ ਕੀਤਾ ਸੀਗਾ ਕਿਉਂਕਿ ਪਾਕਿਸਤਾਨੀ ਕਾਂਸਟੇਬਲ ਦਾ ਕੈਰੈਕਟਰ ਸੀ ਪਰ ਜਦੋਂ ਮੈਂ ਸੈੱਟ 'ਤੇ ਜੋ ਸ਼ੂਟਿੰਗ ਵਾਸਤੇ ਮੈਨੂੰ ਕੋਸਟਿਊਮ ਪਵਾ ਕੇ ਲੈ ਕੇ ਗਏ ਅਤੇ ਜਿਹੜੀ ਡਾਇਰੈਕਟਰ ਸੀ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਰੋਲ ਜਿਹੜਾ ਮੈਨੂੰ ਦਿੱਤਾ ਤਾਂ ਉਹ ਡਾਇਰੈਕਟਰ 'ਤੇ ਮੈਂ ਬਹੁਤ ਨੇੜੇ ਹੋ ਗਿਆ ਸੀ ਕਿਉਂਕਿ ਕੰਮ ਉਹ ਲੋਕ ਕੰਮ ਦਾ ਤਾਰੀਫ ਕਰਦੇ ਤੁਹਾਡੀ ਕੰਮ ਤੋਂ ਖੁਸ਼ ਸੀ ਉਹ ਫਿਰ ਉਹਨੇ ਮੈਨੂੰ ਇਮੀਡੀਏਟਲੀ ਮੇਰਾ ਰੋਲ ਚੇਂਜ ਕਰਕੇ ਮੈਨੂੰ ISI ਚੀਫ ਬਣਾ ਦਿੱਤਾ ਉਹਨੇ ਕਾਂਸਟੇਬਲ ਕਾਂਸਟੇਬਲ ਦਾ ਰੋਲ ਕੋਈ ਹੋਰ ਲੜਕਾ ਸੀ ਉਹਨੂੰ ਦੇ ਦਿੱਤਾ ਅਤੇ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਫਿਰ ਮੇਰੇ ਡਾਇਲੋਗ ਸੀ ਮੈਂ ਪਹਿਲਾਂ ਇੱਕੋ ਕਰੈਕਟਰ ਆ ਫਿਲਮ ਦੇ ਵਿੱਚ ਜਿਹੜਾ ਉਰਦੂ 'ਚ ਡਾਇਲੋਗ ਬੋਲਦਾ ਹਿੰਦੀ 'ਚ ਅਤੇ ਬਾਕੀ ਸਾਰੀ ਫਿਲਮ ਇੰਗਲਿਸ਼ 'ਚ ਹੈ ਜੀ 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 ਅਤੇ ਮੈਨੂੰ ਖੁਸ਼ੀ ਹੋਈ ਮੈਨੂੰ ਮਤਲਬ ਮੇਰੇ ਲਈ ਬੜਾ ਟਰਨਿੰਗ ਪੁਆਇੰਟ ਸੀਗਾ ਪਹਿਲਾਂ ਤਾਂ ਮੈਂ ਨਾ ਕਰ ਰਿਹਾ ਸੀ ਕਿਉਂਕਿ ਉਹਦੇ 'ਚ ਕੋਈ ਨਹੀਂ ਉਹਦੇ 'ਚ ਸਿਗਰਟ ਪੀਣ ਦਾ ਸੀਨ ਸੀਗਾ ਅੱਛਾ ਫਿਰ ਤੁਸੀਂ ਸਿਗਰਟ ਨਹੀਂ ਪੀਂਦੇ ਮੈਂ ਬਹੁਤ ਕੱਟੜ ਸਿੱਖ ਹਾਂ ਜੀ ਅਤੇ ਗੁਰੂ ਨਾਨਕ ਦੇਵ ਜੀ ਦਾ ਬਹੁਤ ਮਤਲਬ ਮੈਂ ਉਪਾਸਕ ਹਾਂ ਅਤੇ ਮੈਂ ਉਹ ਇਸ ਕਰਕੇ ਉਹਨਾਂ ਨੂੰ ਮਨਾ ਕਰ ਦਿੱਤਾ ਫਿਰ ਉਹ ਜਿਹੜੀ ਡਾਇਰੈਕਟਰ ਸੀ ਉਹਨੇ ਮੈਨੂੰ ਦਿਖਾਇਆ ਉਹ ਕਹਿੰਦੀ ਇਹ ਜਿਹੜੀ ਹਰਬਲ ਸਿਗਰਟ ਹੁੰਦੀ ਹੈ ਇਹ ਸਿਗਰਟ ਨਹੀਂ ਹੈ ਤੰਬਾਕੂ ਨਹੀਂ ਹੈ ਸਿਰਫ ਅਸੀਂ ਸਾਨੂੰ ਅਲਾਓ ਨਹੀਂ ਕਰਦੀ ਗੌਰਮੈਂਟ ਵੀ ਅਸੀਂ ਤੰਬਾਕੂ ਜਿਹੜਾ ਸੈੱਟ 'ਤੇ ਯੂਜ਼ ਨਹੀਂ ਕਰ ਸਕਦੇ ਇਹਦੇ 'ਚ ਸਿਰਫ ਕਾਫੂਸ ਹੈ ਇਹ ਸਿਗਰਟ ਸਿਰਫ ਸਾਡੇ ਕੋਲ ਸਭ ਕੁਛ ਆਰਟੀਫਿਸ਼ਲ ਹੁੰਦਾ ਫਿਰ ਉਹਨਾਂ ਨੇ ਮੈਨੂੰ ਸਿਗਰਟ ਨੂੰ ਖੋਲ੍ਹ ਕੇ ਜਦੋਂ ਦਿਖਾਇਆ ਮੈਂ ਸਮੈਲ ਕੀਤਾ ਮੈਂ ਕਿਹਾ ਰਾਈਟ ਹੈ ਫਿਰ ਤਾਂ ਕਹਿੰਦੇ ਜਸਟ ਤੁਸੀਂ ਐਕਟਿੰਗ ਕਰਨੀ ਆ ਅਤੇ ਤੁਹਾਡੇ ਕੋਲ ਅੱਛਾ ਰੋਲ ਮਿਲ ਰਿਹਾ ਤੁਹਾਨੂੰ ਅਤੇ ਫਿਰ ਮੈਂ ਉਹ ਕੀਤਾ ਜੀ ਕਈ ਵਾਰ ਨਾ ਅਸੀਂ ਵੀ ਜਦੋਂ ਦੇਖਦੇ ਹੁੰਦੇ ਹਾਂ ਮੂਵੀ ਦੇ ਵਿੱਚ ਕਿ ਉਹ ਕੁਝ ਨਸ਼ਾ ਕਰ ਰਹੇ ਨੇ ਜਾਂ ਚਿੱਟਾ ਲਾ ਰਹੇ ਨੇ ਇੰਝ ਲੱਗਦਾ ਕਿ ਨਹੀਂ ਯਾਰ ਇਹ ਤਾਂ ਰੀਅਲ ਆ ਪਰ ਹੁਣ ਲੱਗ ਰਿਹਾ ਕਿ ਨਹੀਂ ਇਹ ਸਾਰੀ ਚੀਜ਼ਾਂ ਔਰਗੈਨਿਕ ਹੁੰਦੀਆਂ ਨੇ ਹਾਂ ਕਰਨਾ ਪੈਂਦਾ ਕਿਉਂਕਿ ਫਿਲਮਾਂ ਨੇ ਫਿਲਮਾਂ ਦੇ ਵਿੱਚ ਤੁਸੀਂ ਸਭ ਕੁਝ ਨਕਲੀ ਹੁੰਦਾ ਜੀ ਹਾਂਜੀ ਹਾਂਜੀ ਜੇ ਗੱਲ ਕਰੀਏ ਤੁਹਾਨੂੰ ਅਵਾਰਡ ਵੀ ਦਿੱਤਾ ਗਿਆ ਸਪੈਸ਼ਲੀ ਅਵਾਰਡ ਐਂਡ ਦੈਟ ਵਾਜ਼ ਆਲਸੋ ਫਸਟ ਟਾਈਮ ਹੈ ਨਾ ਤੁਹਾਡੇ ਜੀਵਨ ਦੇ ਵਿੱਚ ਕਾਫੀ ਚੀਜ਼ਾਂ ਅਜਿਹੀਆਂ ਨਹੀਂ ਰਹੇ ਜਿਹੜੀ ਫਸਟ ਟਾਈਮ ਅਤੇ ਇੰਡੀਆ ਗਵਰਨਮੈਂਟ ਵੱਲੋਂ ਤੁਹਾਨੂੰ ਸਿਨੇਮੈਟ੍ਰਿਕ ਟੂਰਿਜ਼ਮ ਦਾ ਅਵਾਰਡ ਦਿੱਤਾ ਗਿਆ ਇਹਦੀ ਅਪਰੋਚ ਕਿਵੇਂ ਦੀ ਰਹੀ ਸੀ ਇਸ ਤਰ੍ਹਾਂ ਸਿੰਘਾ ਜਦੋਂ ਅਸੀਂ ਵੀਰ ਜ਼ਾਰਾ ਫਿਲਮ ਕੀਤੀ ਉਦੋਂ ਇੱਥੇ ਸਿਰਫ 3-star ਹੋਟਲ ਸੀ ਪੰਜਾਬ ਦੇ ਵਿੱਚ ਉਹ ਵੀ ਅੰਮ੍ਰਿਤਸਰ 'ਚ ਇੱਕੋ ਹੋਟਲ ਸੀਗਾ ਅਤੇ ਚੰਡੀਗੜ੍ਹ ਦੇ ਵਿੱਚ ਵੀ ਇੱਕੋ ਹੀ ਹੋਟਲ ਸੀਗਾ ਜੀ ਅਤੇ ਜਦੋਂ ਟੂਰਿਜ਼ਮ ਇੰਡਸਟਰੀ ਨੂੰ ਪਤਾ ਲੱਗਿਆ ਜਦੋਂ ਬਾਅਦ 'ਚ 5-star ਹੋਟਲਸ ਕਾਫੀ ਬਣ ਗਏ ਅਤੇ ਉਹਨਾਂ ਨੂੰ ਜਦੋਂ ਇਸ ਗੱਲ ਦੇ ਵਿਸ਼ੇ ਦੇ ਉੱਤੇ ਗੱਲ ਹੋ ਰਹੀ ਸੀ ਵੀ ਇਹ ਕਿਸ ਤਰ੍ਹਾਂ ਹੋਇਆ ਅਤੇ ਵੀਰ ਜ਼ਾਰਾ ਦਾ ਜ਼ਿਕਰ ਹੋਇਆ ਕਿਉਂਕਿ ਵੀਰ ਜ਼ਾਰਾ ਦੇ ਵਿੱਚ ਬਹੁਤ ਵੱਡਾ ਕਰਿਊਜ਼ ਸੀ ਫਿਲਮ ਦਾ ਅਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਫਿਲਮ ਤੋਂ ਬਾਅਦ ਜਿਹੜਾ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋਇਆ ਟੂਰਿਜ਼ਮ ਦਾ ਸਹੀ ਮਾਇਨਾ 'ਚ ਜੇ ਪੰਜਾਬੀ ਫਿਲਮ ਸਿਨੇਮਾ ਵੱਡਾ ਹੋਇਆ ਅਤੇ ਹਿੰਦੀ ਵੀ ਉਹਦੇ ਇੱਥੇ ਸਾਰਾ ਆਇਆ ਪੰਜਾਬ 'ਚ ਜਾਂ ਨੌਰਥ ਦੇ ਵਿੱਚ ਅਤੇ ਉਹਨਾਂ ਨੇ ਫਿਰ ਮੇਰਾ ਨਾਮ ਰਿਕਮੈਂਡ ਕੀਤਾ ਜਦੋਂ ਅਵਾਰਡ ਵਾਸਤੇ ਮੈਨੂੰ ਬੁਲਾਇਆ ਗਿਆ ਤਾਂ ਮੈਂ ਹੈਰਾਨ ਸੀ ਵੀ ਟੂਰਿਜ਼ਮ ਨਾਲ ਮੇਰਾ ਅਵਾਰਡ ਦਾ ਕੀ ਲੈਣਾ ਦੇਣਾ ਹੈ ਪਰ ਫਿਰ ਜਦੋਂ ਉਹਨਾਂ ਨੇ ਡਿਟੇਲਿੰਗ ਦੇ ਵਿੱਚ ਮੇਰੇ ਬਾਰੇ ਗੱਲ ਕੀਤੀ ਕਿ ਅਵਾਰਡ ਤੁਹਾਨੂੰ ਤਾਂ ਦਿੱਤਾ ਜਾ ਰਿਹਾ ਅਤੇ ਉਦੋਂ ਕੋਈ ਮੰਤਰੀ ਸੀ ਸੁਬੋਧ ਕਾਂਤ ਸਹਾਇਕ ਸੈਂਟਰ ਦੇ ਉਹਨਾਂ ਨੇ ਮੈਨੂੰ ਅਵਾਰਡ ਦਿੱਤਾ ਸੀ ਅਤੇ ਮੈਨੂੰ ਖੁਸ਼ੀ ਹੋਈ ਮਤਲਬ ਇੱਕ ਤੁਸੀਂ ਕੰਮ ਕੀਤਾ ਮਿਹਨਤ ਕੀਤੀ ਅਤੇ ਮੇਰੇ ਲਈ ਬਹੁਤ ਵੱਡੀ ਖੁਸ਼ੀ ਸੀ ਉਹ ਅਵਾਰਡ ਮਿਲਣਾ ਜੀ ਅੱਛਾ ਤੁਹਾਡਾ ਸੁਪਨਾ ਕੀ ਸੀ ਬਚਪਨ ਤੋਂ ਜਦੋਂ ਤੁਸੀਂ ਆਪਣੇ ਬਚਪਨ ਦੀ ਜਵਾਨੀ ਮਾਣ ਰਹੇ ਸੀ ਕੀ ਸੋਚਿਆ ਸੀ ਕਿ ਵੱਡੇ ਹੋ ਕੇ ਤੁਸੀਂ ਕੀ ਬਣੋਗੇ ਦੇਖੋ ਹਰ ਬੰਦੇ ਦਾ ਸੁਪਨਾ ਹੁੰਦਾ ਜਾਂ ਤਾਂ ਤੁਸੀਂ ਪੜ੍ਹ ਲਿਖ ਕੇ ਕੋਈ ਅਫਸਰ ਬਣੋਗੇ ਜਾਂ ਪੜ੍ਹ ਲਿਖ ਕੇ ਕਿਸੇ ਹੋਰ ਪਾਸੇ ਲਾਈਨ 'ਚ ਜਾਓਗੇ ਤੁਸੀਂ ਜਾਂ ਬਾਹਰ ਚਲੇ ਜਾਓਗੇ ਹੈ ਨਾ ਅਤੇ ਮੇਰੇ ਤੋਂ ਉਹ ਐਕਟਰ ਸੀ ਅੰਦਰ ਜਿਹੜਾ ਨਾ ਉਹ ਐਕਟਰ ਛਾਲਾ ਮਾਰਦਾ ਰਹਿੰਦਾ ਸੀ ਕੁਛ ਨਾ ਕੁਛ ਕਰਨ ਦੀਆਂ ਅਤੇ ਸੋਚਿਆ ਨਹੀਂ ਸੀ ਪਰ ਵੀ ਇਸ ਲੈਵਲ ਤੱਕ ਪਰਮਾਤਮਾ ਮੇਰੀ ਹੈਲਪ ਕਰੂਗਾ ਮੈਨੂੰ ਇੱਥੋਂ ਤੱਕ ਲੈ ਕੇ ਆਊਗਾ ਮੇਰਾ ਮਾਂ ਦਾ ਆਸ਼ੀਰਵਾਦ ਸੀ ਮੇਰੇ ਪਿਤਾ ਜੀ ਦਾ ਅਤੇ ਇਹ ਸਾਰੀਆਂ ਗੱਲਾਂ ਨਾਲ ਜੁੜਦੀਆਂ ਨੇ ਤੁਹਾਡੇ ਜੀ ਦੋਸਤ ਮਿੱਤਰਾਂ ਦਾ ਹੋਰ ਸਹਿਯੋਗ ਸੀ ਸਾਰੇ ਪਰਿਵਾਰਾਂ ਦਾ ਅਤੇ ਇਸ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਕਿਉਂਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਲਗਨ ਹੋਣੀ ਜ਼ਰੂਰੀ ਹੈ ਤੁਹਾਡੇ ਅੰਦਰ ਸਹਿਣ ਸ਼ਕਤੀ ਜ਼ਰੂਰੀ ਹੈ
ਤੁਹਾਡੀ ਜਿਹੜੀ ਲਗਨ ਹੁੰਦੀ ਹੈ, ਤੁਹਾਡਾ ਕੰਮ ਕਰਨ ਦਾ ਜਿਹੜਾ ਤਰੀਕਾ ਹੁੰਦਾ ਉਹ ਇੱਥੇ ਲੈ ਕੇ ਆਉਂਦਾ। ਪਰ ਦੇਖੀਏ ਜੇ ਫਿਰ ਤੋਂ ਗੱਲ ਉੱਥੇ ਹੀ ਆ ਜਾਂਦੀ ਹੈ 1984, ਕਿਉਂਕਿ ਉਸ ਸਮੇਂ ਖਾੜਕੂਵਾਦ ਸੀ, ਜਿਹੜੇ ਨੌਜਵਾਨ ਸੀ ਉਹ ਇਸ ਲਾਈਨ 'ਤੇ ਜ਼ਿਆਦਾ ਜਾ ਰਹੇ ਸੀ ਕਿ ਕਿਵੇਂ ਆਪਣੇ ਧਰਮ ਨੂੰ ਸੁਰੱਖਿਆ ਕੀਤਾ ਜਾਵੇ, ਪਰ ਤੁਸੀਂ ਉਸਦੇ ਨਾਲ ਨਾਲ ਹੀ ਆਪਣੇ ਕਰੀਅਰ ਨੂੰ ਗਰੋਥ ਵੀ ਦਿੱਤੀ, ਤਾਂ ਕੀ ਹੋਇਆ, ਮਾਹੌਲ ਦਾ ਅਸਰ ਨਹੀਂ ਹੋਇਆ ਜਾਂ ਫਿਰ ਸੋਚ ਹੀ ਕੁਛ ਵੱਖਰੀ ਸੀ? ਨਹੀਂ, ਅਸਰ ਬਹੁਤ ਵੱਡਾ ਸੀ। ਜੇ ਮੈਂ ਚੰਡੀਗੜ੍ਹ ਉਸ ਸਮੇਂ ਦੇ ਵਿੱਚ ਨਾ ਮੈਂ ਆਉਂਦਾ ਯੂਨੀਵਰਸਿਟੀ ਨਾ ਆਉਂਦਾ, ਤਾਂ ਹੋ ਸਕਦਾ ਮੈਂ ਵੀ ਉਸ ਸਮੇਂ ਇੱਕ ਵੱਡਾ ਖਾੜਕੂ ਹੁੰਦਾ। ਤੇ ਇਸਦਾ ਕਾਰਨ ਕੌਣ ਬਣਿਆ? ਕਿਹਨਾਂ ਨੇ? ਮੇਰੇ ਮਾਤਾ ਜੀ ਨੇ ਮੈਨੂੰ ਉਸ ਸਮੇਂ ਇੱਥੇ ਭੇਜ ਦਿੱਤਾ, ਕਿਉਂਕਿ ਉਹਨਾਂ ਨੂੰ ਲੱਗਿਆ ਕਿਤੇ ਨਾ ਕਿਤੇ ਹਾਲਾਤ ਜਿਹੜੇ ਹੈਗੇ ਆ ਵੀ ਬਹੁਤ ਜ਼ਿਆਦਾ ਉਹ ਹੋ ਰਹੇ ਨੇ, ਅਤੇ ਆਲਮੋਸਟ ਹੀ ਯੰਗ ਸਾਡਾ ਯੂਥ ਜਿਹੜਾ ਸੀ ਉਸ ਮੂਵਮੈਂਟ ਨਾਲ ਜੁੜ ਰਿਹਾ ਸੀ, ਕਿਉਂਕਿ ਕਿਤੇ ਨਾ ਕਿਤੇ ਜਿਵੇਂ ਅੱਜ ਦੇ ਹਾਲਾਤਾਂ 'ਚ ਵੀ ਸਾਨੂੰ ਲੱਗ ਰਿਹਾ ਵੀ ਸਾਡੇ ਤਾਂ ਗੌਰਮੈਂਟ ਤਸ਼ੱਦਦ ਕਰ ਰਹੀ ਹੈ, ਸਾਨੂੰ ਘੱਟ ਜਿਹੜੇ ਅਸੀਂ ਘੱਟ ਗਿਣਤੀ ਵਾਲੇ ਹਾਂ, ਸਾਡੇ ਨਾਲ ਧੱਕਾ ਹੁੰਦਾ ਹੁੰਦਾ ਵੀ ਆਇਆ ਅਤੇ ਹੁੰਦਾ, ਮੈਨੂੰ ਲੱਗਦਾ 70 ਸਾਲਾਂ 'ਚ ਸਾਡੇ ਨਾਲ ਧੱਕਾ ਹੀ ਹੋਇਆ ਜੋ ਮੈਂ ਮਹਿਸੂਸ ਕੀਤਾ। ਅਸੀਂ 1947 'ਚ ਉਜੜ ਕੇ ਆਏ ਸੀ, 84 'ਚ ਫਿਰ ਸਾਨੂੰ ਉਜਾੜਿਆ ਗਿਆ, ਕਦੇ ਸਾਨੂੰ ਨਸ਼ਿਆਂ ਦੇ ਨਾਂ ਦੇ ਉੱਤੇ, ਕਦੇ ਕਿਸ ਚੀਜ਼ ਦੇ ਨਾਂ ਦੇ ਉੱਤੇ ਸਾਡਾ ਘਾਣ ਕੀਤਾ ਗਿਆ, ਸਾਡੀ ਕੌਮ ਦਾ। ਕੁਛ ਸਾਡੇ ਲੋਕ ਵੀ ਆ ਜਿਹੜੇ ਸਾਡੇ ਵਿੱਚ ਕਹਿ ਲਓ ਡੋਗਰੇ ਕਹਿ ਦਿੰਦੇ ਅਸੀਂ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੀ ਉਹਨਾਂ ਨੇ ਢਾਲ ਲਾਈ ਸੀ ਵੀ ਉਹਨਾਂ ਲੋਕਾਂ ਨੇ ਸਾਨੂੰ ਮਾਰਿਆ, ਸਾਨੂੰ ਆਪਣਿਆਂ ਨੇ ਮਾਰਿਆ, ਸਾਨੂੰ ਬਾਹਰ ਵਾਲਿਆਂ ਨੇ ਨਹੀਂ ਮਾਰਿਆ। ਜੇ 1984 ਤੁਸੀਂ ਦੇਖਦੇ ਹੋ ਤਾਂ ਉਹਦੇ ਵਿੱਚ ਸਾਨੂੰ ਆਪਣਿਆਂ ਨੇ ਆਪਣਿਆਂ ਤੋਂ ਮਰਵਾਇਆ, ਪੁਲਿਸ ਵੀ ਸਾਡੀ ਸੀ, ਪੰਜਾਬੀ ਮੁੰਡੇ ਸੀ ਸਾਡੇ, ਸਾਡੇ ਇਸੇ ਤਰ੍ਹਾਂ ਘਾਣ ਹੁੰਦਾ ਆਇਆ, ਹੁਣ ਤੱਕ ਚੱਲ ਰਿਹਾ। ਹੁਣ ਤੁਸੀਂ ਕਿਸਾਨੀ ਵਾਲਾ ਮੁੱਦਾ ਲੈ ਲਓ, ਕਿਸਾਨੀ ਦੇ ਉੱਤੇ ਵੀ ਸਾਡੇ ਉੱਤੇ ਸਰਕਾਰ ਨੇ ਲੋਕਡਾਊਨ ਦੇ ਵਿੱਚ ਕਾਨੂੰਨ ਥੋਪ ਦਿੱਤੇ, ਸਾਡੇ ਅੱਜ ਬਜ਼ੁਰਗ ਸਾਡੇ ਬੱਚੇ ਮਾਵਾਂ ਭੈਣਾਂ ਉੱਥੇ ਦਿੱਲੀ ਬਾਰਡਰਾਂ 'ਤੇ ਬੈਠੀਆਂ ਨੇ। ਮਨ ਬਹੁਤ ਦੁਖੀ ਹੈ, ਅੰਦਰੋਂ ਬਹੁਤ ਮੇਰਾ ਮਨ ਖਰਾਬ ਹੈ, ਕਿਉਂਕਿ ਮੈਂ ਇਸ ਮੂਵਮੈਂਟ ਨਾਲ ਵੀ ਜੁੜਿਆ ਹੋਇਆ, ਪਹਿਲੇ ਦਿਨ ਤੋਂ ਜੁੜਿਆ ਹੋਇਆ, ਅਤੇ ਇਹ ਜਿਹੜੇ ਹਾਲਾਤ ਪੈਦਾ ਕੀਤੇ ਗਏ ਸਰਕਾਰਾਂ ਵੱਲੋਂ, ਸਰਕਾਰਾਂ ਨੂੰ ਬੇਨਤੀ ਕਰ ਸਕਦੇ ਹਾਂ ਵੀ ਇਹ ਲੋਕਤੰਤਰ ਹੈ, ਧੱਕਾ ਨਾ ਕਰੋ, ਅਸੀਂ ਤੁਹਾਨੂੰ ਚੁਣ ਕੇ ਅਸੀਂ ਬਣਾਇਆ ਸੀ ਸਰਕਾਰਾਂ ਨੂੰ, ਅਤੇ ਤੁਸੀਂ ਸਾਡੇ 'ਤੇ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਨਾ ਕਰੋ। ਹਰ ਇੱਕ ਸਮਾਂ ਜਦ ਵੀ ਰਿਹਾ ਤੁਹਾਡਾ ਮੁਸ਼ਕਲਾਂ ਦਾ ਸਮਾਂ, ਇੱਕ ਨਵਾਂ ਕਲਾਕਾਰ ਉੱਭਰਿਆ ਤੁਹਾਡੇ ਅੰਦਰੋਂ, ਅਤੇ ਇਸ ਵਾਰ ਕਿਸਾਨੀ ਮੋਰਚੇ ਵਿੱਚ ਦੇਖਿਆ ਗਿਆ ਕਿ ਤੁਸੀਂ ਗਾਣੇ ਵੀ ਗਾਏ ਨੇ। ਮੈਂ ਜੀ ਗੁਰੂ ਨਾਨਕ ਦੇਵ ਜੀ ਦਾ ਜਦੋਂ 550 ਸਾਲਾ ਸੀ ਉਦੋਂ ਇੱਕ ਪਤਾ ਨਹੀਂ ਕਿੱਥੋਂ ਮੇਰੇ ਅੰਦਰ ਗੀਤ ਆ ਗਿਆ ਸੀਗਾ, ਅਸੀਂ ਪੁੱਤ ਹਾਂ ਬਾਬੇ ਨਾਨਕ ਦੇ ਜੋ 13-13 ਤੋਲ ਦਾ ਉਹ ਮੰਗੇ ਭਲਾ ਸਰਬੱਤ ਦਾ, ਅਤੇ ਉਹ ਗੀਤ ਮੈਂ ਇਸ ਤਰ੍ਹਾਂ ਹੀ ਸੀਗਾ ਅਤੇ ਉਦੋਂ ਮੈਨੂੰ ਦੋਸਤਾਂ ਮਿੱਤਰਾਂ ਨੇ ਕਿਹਾ ਵੀ ਇਹਨੂੰ ਗਾਓ ਤੁਸੀਂ, ਮੈਂ ਵੈਸੇ ਸੋਚਿਆ ਫੇਸਬੁੱਕ 'ਤੇ ਪਾ ਦਾਂਗੇ, ਉਦੋਂ ਤੋਂ ਇੱਕ ਛੋਟੀ ਜਿਹੀ ਚਿਨਗ ਅੰਦਰ ਹੈਗੀ ਸੀਗੀ। ਪਰ ਜਦੋਂ ਕਿਸਾਨੀ ਮੁੱਦੇ ਦਾ 20 ਸਪਟੰਬਰ ਨੂੰ ਕਾਨੂੰਨ ਲਾਗੂ ਹੁੰਦੇ ਆ, ਸਾਡੇ ਦਸਖਤ ਹੋ ਜਾਂਦੇ ਆ, ਅਤੇ ਉਹ ਤੋਂ ਪਹਿਲਾਂ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਸੀ ਵੀ ਕਾਨੂੰਨ ਬਹੁਤ ਭੈੜੇ ਆ ਸਾਡੇ ਵਾਸਤੇ, ਅਤੇ ਅਸੀਂ ਇਹ ਲਾਸਟ ਲੜਾਈ ਹੋਏਗੀ ਸਾਡੀ, ਇਸ ਤੋਂ ਬਾਅਦ ਅਸੀਂ ਖਤਮ ਹੋ ਜਾਵਾਂਗੇ, ਮਤਲਬ ਜੋ ਮੈਂ ਮਹਿਸੂਸ ਕੀਤਾ ਕਾਨੂੰਨ ਪੜ੍ਹਨ ਤੋਂ ਬਾਅਦ, ਅਤੇ ਪਤਾ ਨਹੀਂ ਅੰਦਰੋਂ ਕਿੱਥੋਂ ਇੱਕ ਦਰਦ, ਅੰਦਰਲਾ ਦਰਦ ਨਿਕਲਿਆ, ਤੁਸੀਂ ਰੋਲੀ ਨਹੀਂ ਕਿਸਾਨੀ, ਤੁਸੀਂ ਰੋਲੀਆਂ ਨੇ ਪੱਗਾਂ, ਅਸੀਂ ਬੜੇ ਚੁੱਪ ਰਹੇ, ਤੁਸੀਂ ਲਾਈਆਂ ਨੇ ਜੋ ਅੱਗਾਂ, ਹੁਣ ਚੁੱਪ ਨਹੀਂ ਉਹ ਬਹਿਣਾ, ਗਲ ਪੈ ਜੂਗੀ ਗੁਲਾਮੀ, ਉੱਠ ਜਾਗ ਤੂੰ ਕਿਸਾਨਾ, ਉੱਠ ਜਾਗ ਤੂੰ ਜਵਾਨਾ। ਇਹ ਗੀਤ ਅੰਦਰੋਂ ਨਿਕਲਾਇਆ, 9-10 ਮਿੰਟ ਦਾ ਗੀਤ ਬਣ ਗਿਆ, ਅਤੇ ਮੈਨੂੰ ਸਮਝ ਨਹੀਂ ਆ ਰਹੀ ਸੀ, ਅਤੇ ਮੇਰੇ ਨਾਲ ਮੁੰਡੇ ਕੰਮ ਕਰਦੇ ਨੇ ਵਿਚਾਰੇ, ਮਿਊਜ਼ਿਕ ਡਾਇਰੈਕਟਰ ਆ ਮੁੰਡਾ ਹਰਸਿਮਰਨ, ਮੈਨੂੰ ਕਾਲ ਕੀਤੀ, ਮੈਂ ਕਹਿ ਰਿਹਾ ਕਿਸ ਤਰ੍ਹਾਂ ਗੀਤ ਬਣ ਰਿਹਾ, ਤੂੰ ਕਹਿੰਦਾ ਭਾਅ ਜੀ ਸਟੂਡੀਓ ਆ ਜਾਓ ਤਾਂ ਆਪਾਂ ਇਹਨੂੰ ਕਰਦੇ ਹਾਂ। ਐਕਚੁਲੀ ਗੀਤ ਨਹੀਂ ਸੀ, ਆ ਭਾਵ ਸੀ ਮਨ ਦੇ, ਅੰਦਰੋਂ ਸੀ, ਉਹਨੇ ਮੈਨੂੰ ਕਿਹਾ ਜੀ ਤੁਸੀਂ ਜਿਵੇਂ ਬੋਲ ਰਹੇ ਇਹਨੂੰ ਗਾ ਦਿਓ ਉੱਚੀ ਉੱਚੀ, ਅਤੇ ਫਿਰ ਮੈਂ ਗੀਤ ਗਾ ਦਿੱਤਾ। ਹਾਂਜੀ, ਉਹਨੇ ਬੜਾ ਅੱਛਾ ਮਿਊਜ਼ਿਕ ਬਣਾਇਆ, ਅਤੇ ਮੈਨੂੰ ਨਹੀਂ ਪਤਾ ਸੀ ਉਹ ਗੀਤ ਜਿਹੜਾ ਇਸ ਮੂਮੈਂਟ ਦੇ ਨਾਲ ਇੰਨਾ ਜ਼ਿਆਦਾ ਜੁੜ ਜੂਗਾ, ਕਿਉਂਕਿ 20 ਸਪਟੰਬਰ ਨੂੰ ਕਾਨੂੰਨ ਲਾਗੂ ਕੀਤੇ ਜਾਂਦੇ ਆ, ਅਤੇ 24 ਸਪਟੰਬਰ ਨੂੰ ਮੇਰਾ ਗੀਤ ਵਿਦ ਵੀਡੀਓ ਅਸੀਂ ਬਣਾ ਕੇ ਯੂਟਿਊਬ 'ਤੇ ਪਾ ਦਿੱਤਾ, ਫਸਟ ਗੀਤ ਮੇਰਾ ਇਸ ਕਿਸਾਨੀ ਦੇ ਉੱਤੇ ਫਸਟ ਗੀਤ, ਯੂਟਿਊਬ 'ਤੇ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾ ਗੀਤ ਮੈਂ ਜਿਹੜਾ। ਤਾਂ ਹੀ ਕਹਿ ਰਹੀ ਹਾਂ ਕਿ ਹਰ ਇੱਕ ਜਦੋਂ ਵੀ ਤਸ਼ੱਦਦ ਹੁੰਦੇ ਆ, ਬਿਲਕੁਲ ਜੀ, ਇੱਕ ਨਵਾਂ ਉਹ ਗੀਤ ਦੇ ਬੋਲ, ਉਹਦੇ 'ਚ ਬੋਲ ਜਿਹੜੇ ਬਾਅਦ ਦੇ ਵਿੱਚ ਟਰਾਲੀਆਂ ਦੇ ਉੱਤੇ ਲਿਖੇ ਗਏ ਉਹ ਅਸੀਂ ਪਿੰਡ ਉਹੀ ਆ ਕੇ ਬੜੇ ਜੋ ਕਿਸਾਨਾਂ ਨਾਲ ਖੜੇ, ਇਹ ਮੇਰੇ ਗੀਤ ਦੇ ਬੋਲ ਨੇ, ਉਹ ਬਹੁਤ ਜਗ੍ਹਾ ਸਲੋਗਨ ਬਣੇ ਗਾਣੇ ਦੇ, ਅਤੇ ਉਹ ਗੀਤ ਦੇ ਨਾਲ ਸਾਡਾ ਨੌਜਵਾਨ ਸੀ ਜਿਹੜਾ, ਕਿਉਂਕਿ ਪਹਿਲਾਂ ਸਾਡੇ ਬਜ਼ੁਰਗ ਬੈਠੇ ਸੀ, ਉਹ ਗੀਤ ਨੇ ਨੌਜਵਾਨੀ ਨੂੰ ਬਹੁਤ ਲੈ ਕੇ ਆਉਂਦਾ, ਕਿਉਂਕਿ ਫਿਰ ਕਲਾਕਾਰ ਭਰਾ ਸਾਡੇ ਜਿੰਨੇ ਸੀ ਉਹਨਾਂ ਨੇ ਬਹੁਤ ਸਾਥ ਦਿੱਤਾ, ਜਿਹਦੇ ਕਰਕੇ ਨੌਜਵਾਨੀ ਜਦੋਂ ਆਈ ਆਪਣੇ ਬਜ਼ੁਰਗਾਂ ਨਾਲ ਬੈਠੀ, ਉਹਨਾਂ ਨੂੰ ਸਮਝ ਆਏ ਕਾਨੂੰਨ, ਅਤੇ ਫਿਰ ਮੂਵਮੈਂਟ ਇੰਨੀ ਵੱਡੀ ਹੋ ਗਈ, ਅੱਜ ਦਿੱਲੀ ਸਰਕਾਰ ਨੂੰ ਅਸੀਂ ਵਕਤ ਪਾ ਦਿੱਤਾ
ਦਿੱਲੀ। ਉਸ ਤੋਂ ਬਾਅਦ ਫਿਰ ਦੋ ਗਾਣੇ ਕੋਈ ਮੇਰੇ ਮਿੱਤਰ ਸੀ ਰੋਮੀ ਬੈਂਸ ਨੇ ਬਾਹਰ ਤੋਂ, ਉਹਨਾਂ ਨੇ ਕਿਹਾ ਜੀ ਮੈਂ ਭਾਅ ਜੀ ਤੁਸੀਂ ਗਾਣਾ ਗਾਓ। ਮੈਂ ਕਿਹਾ ਯਾਰ ਮੈਂ ਸਿੰਗਰ ਨਹੀਂ ਹੈਗਾ। ਉਹ ਕਹਿੰਦੇ ਭਾਅ ਜੀ ਗਾਣੇ ਤੁਹਾਡੇ ਵਾਸਤੇ ਲਿਖੇ ਆ। ਅਤੇ ਮੈਂ ਕਿਹਾ ਠੀਕ ਹੈ ਜੀ। ਹੁਣ ਵੀ ਇੱਕ ਗੀਤ ਮੇਰੇ ਬਹੁਤ ਅੱਛੇ ਦੋਸਤ ਹੈ, ਗੀਤ ਨਹੀਂ ਹੈਗਾ ਉਹ ਇਤਿਹਾਸ ਹੈ ਜੋ ਉਹਨਾਂ ਨੇ ਲਿਖਿਆ ਹੈ, ਉਹਨਾਂ ਨੇ ਮੈਨੂੰ ਕਿਹਾ ਹੈ ਗਾਉਣ ਕਰਨ ਵਾਸਤੇ, ਮੈਂ ਉਹਦੇ 'ਤੇ ਕੰਮ ਕਰ ਰਿਹਾ। ਦੋ ਲਾਈਨਾਂ ਹੋ ਜਾਣ ਉਹ ਅਜੇ ਮੈਂ ਚਾਹੁੰਦਾ ਨਹੀਂ ਉਹ ਗੀਤ, ਕਿਉਂਕਿ ਜਦ ਤੱਕ ਰਿਕਾਰਡ ਨਹੀਂ ਹੋ ਜਾਂਦਾ ਅਤੇ ਉਹ ਲੋਕਾਂ ਦੇ ਵਿੱਚ ਜਾਊਗਾ ਬਿਨਾਂ ਗਾਇਕੀ ਤੋਂ ਅੱਛਾ ਨਹੀਂ ਲੱਗੂਗਾ। ਜੀ ਜ਼ਰੂਰ, ਅਸੀਂ ਵੇਟ ਕਰਾਂਗੇ। ਹੋਪ ਤੁਸੀਂ ਵੀ ਇਸ ਗਾਣੇ ਦੀ ਵੇਟ ਕਰ ਰਹੇ ਹੋਵੋਗੇ। ਅਤੇ ਸਰ ਤੁਸੀਂ ਆਪਣੇ ਬੋਲਾਂ ਵਿੱਚ ਕਿਹਾ ਕਿ ਹੁਣ ਸਮਾਂ ਆ ਗਿਆ ਸੀ ਜਦ ਪੰਜਾਬੀ ਜਾਂ ਸਿੱਖ ਜਾਂ ਕਿਸਾਨ ਦਾ ਅੰਤਮ ਸਮਾਂ, ਕਿਉਂ ਤੁਹਾਨੂੰ ਕਿਉਂ ਲੱਗਦਾ ਕਿ ਇਸ ਬਿੱਲ 'ਤੇ ਅਮੈਂਡਮੈਂਟਸ ਹੋਣ ਤੋਂ ਬਾਅਦ ਵੀ ਅਜਿਹਾ ਕੁਛ ਰਹਿਣ ਵਾਲਾ? ਕਿਉਂਕਿ ਅਸੀਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਦਾਰੀਆਂ ਦਿੱਤੀਆਂ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣਾ ਪਰਿਵਾਰ ਵਾਰ ਦਿੱਤਾ ਜੀ। ਸਾਡਾ ਇਤਿਹਾਸ ਬਹੁਤ ਵੱਡਾ ਹੈ ਜੀ, ਇਤਿਹਾਸ ਲੋਕਾਂ ਨੇ ਪੜ੍ਹਿਆ ਵੀ ਹੋਇਆ, ਲੋਕ ਜਾਣੂ ਵੀ ਹੈ। ਸਾਡੇ ਕੋਲ ਹੋਰ ਕੋਈ ਖਿੱਤਾ ਨਹੀਂ ਹੈ, ਸਰਕਾਰਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਦੇਣ ਨੂੰ। ਅਸੀਂ ਇੱਕੋ ਤੇ ਇੱਕ ਰੋਜ਼ਗਾਰ, ਅੱਜ ਮੈਂ ਵੀ ਹਾਂ ਜੇ ਇੱਥੇ ਬੈਠਾ, ਮੈਂ ਕਿਤੇ ਨਾ ਕਿਤੇ ਜੇ ਸ਼ੂਟਿੰਗ ਨਹੀਂ ਹੁੰਦੀ ਤਾਂ ਮੈਨੂੰ ਮੇਰੀ ਖੇਤੀ ਤੋਂ ਜਿਹੜੀ ਕਮਾਈ ਆਉਂਦੀ ਹੈ ਅਸੀਂ ਉਹਦੇ ਨਾਲ ਅੱਛੀ ਰੋਟੀ ਖਾ ਰਹੇ ਹਾਂ ਜੀ। ਜੇ ਸਾਡੇ ਕੋਲ ਜ਼ਮੀਨਾਂ ਹੀ ਨਹੀਂ ਰਹਿਣਗੀਆਂ ਜੀ ਜੀ, ਤਾਂ ਅਸੀਂ ਮਜ਼ਾਰੇ ਤਾਂ ਬਣ ਕੇ ਕੰਮ ਨਹੀਂ ਕਰ ਸਕਦੇ, ਸਾਡੇ ਲਈ ਬੜਾ ਹੀ ਔਖਾ ਹੈ ਜੀ। ਕਿਉਂਕਿ ਇੱਕ ਲੇਬਰ ਕਰਨੀ ਅਤੇ ਇੱਕ ਸਰਦਾਰੀ ਕਰਨ 'ਚ ਬੜਾ ਫਰਕ ਹੈ। ਇੱਕ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਖਿੱਧ ਨੌਕਰੀ ਚਾਕਰੀ, ਕਿਹਾ ਉਹਨਾਂ ਨੇ ਜੀ, ਮੱਧਮ ਵਪਾਰ ਉੱਤਮ ਖੇਤੀ ਜੀ। ਜਿਹੜੀ ਖੇਤੀ ਉਹ ਸਭ ਤੋਂ ਉੱਤਮ ਹੈ, ਕਿਉਂਕਿ ਤੁਸੀਂ ਆਪਣੀ ਖੇਤੀ ਦੇ ਜਦੋਂ ਵਿੱਚ ਕੰਮ ਕਰਦੇ ਹੋ ਤੁਹਾਡੇ ਅੰਦਰ ਪਰਮਾਤਮਾ ਇੱਕ ਸ਼ਕਤੀ ਦਿੰਦਾ, ਕਿਉਂਕਿ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਜੀ। ਅਸੀਂ ਇਕੱਲਾ ਅੰਨ ਆਪਣੇ ਲਈ ਪੈਦਾ ਨਹੀਂ ਕਰਦੇ, ਅਸੀਂ ਸਮਾਜ ਦੇ ਹੋਰ ਲੋਕ ਆ ਜਿਹੜੇ ਉਹਨਾਂ ਲਈ ਵੀ ਅੰਨ ਪੈਦਾ ਕਰਦੇ। ਔਰ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਖਾਸੀਅਤ ਆ, ਅਸੀਂ ਗੁਰਦੁਆਰਾ ਸਾਹਿਬ ਲਈ ਜਾਂ ਕਿਤੇ ਲੰਗਰ ਲੱਗਣਾ ਹੋਵੇ ਵੱਧ ਤੋਂ ਵੱਧ ਸੇਵਾ ਪਾਉਣੇ ਆ, ਕਿਉਂਕਿ ਇਹ ਭਾਵਨਾ ਗੁਰੂ ਨਾਨਕ ਦੇਵ ਜੀ ਨੇ ਸਾਡੇ ਅੰਦਰ ਦਿੱਤੀ ਹੋਈ ਹੈ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜੇ ਕੱਲ੍ਹ ਕੋਲ ਸਾਡੀ ਜ਼ਮੀਨਾਂ ਸਰਕਾਰਾਂ ਖੋਹ ਲੈਣਗੀਆਂ, ਵੱਡੇ ਵੱਡੇ ਧਨਾੜ ਜਿਹੜੇ ਹੈਗੇ ਉਹ ਲੈ ਜਾਣਗੇ, ਅਤੇ ਤੁਸੀਂ ਆਪ ਸੋਚੋ ਸਾਡੇ ਯੂਥ ਦਾ, ਸਾਡੇ ਬਜ਼ੁਰਗਾਂ ਦਾ, ਸਾਡਾ ਹਾਲ ਕੀ ਹੋਊਗਾ ਜੀ। ਅੱਜ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਮੈਨੂੰ ਲੱਗਦਾ ਹਰ ਵਰਗ ਦੀ, ਹਰ ਬੰਦੇ ਦੀ। ਇਹ ਇਕੱਲਾ ਕਿਸਾਨੀ ਦੇ ਕਾਨੂੰਨ ਨਹੀਂ ਹੈਗੇ, ਇਹਦੇ ਨਾਲ ਆਮ ਵਰਗ ਖਤਮ ਹੋ ਜਾਏਗਾ। ਇੱਕ ਤੁਸੀਂ ਕਹਿ ਲਓ ਵੀ ਗੁਲਾਮੀ ਵਾਲੀ ਕਾਨੂੰਨ ਨੇ, ਫਿਰ ਤੋਂ ਅਸੀਂ ਉਹੀ 1949 ਤੋਂ ਪਹਿਲਾਂ ਵਾਲੇ ਸਮੇਂ ਵਿੱਚ ਆ ਜਾਵਾਂਗੇ, ਅਸੀਂ ਗੁਲਾਮੀ ਦੇ ਵਿੱਚ ਆ ਜਾਵਾਂਗੇ ਜਿਵੇਂ ਸਾਡੇ 'ਤੇ ਗੋਰਿਆਂ ਨੇ ਤਸ਼ੱਦਦ ਕੀਤਾ। ਇਸੇ ਤਰ੍ਹਾਂ ਜਿਹੜੇ ਧਨਾੜ ਹੋਣਗੇ, ਅਮੀਰ ਲੋਕ ਹੋਣਗੇ, ਇਹ ਜਿਹੜੇ ਆਮ ਵਰਗ ਆ ਉਹਨਾਂ ਨੂੰ ਤੰਗ ਕਰਨਗੇ। ਫਿਰ ਜੇ ਦੇਖਿਆ ਜਾਵੇ ਤਾਂ ਇਸ ਨਾਲ ਪੋਲੀਟਿਕਸ ਵੀ ਕਾਫੀ ਜੁੜ ਜਾਂਦੀ ਹੈ, ਅਤੇ ਹੁਣ ਪੰਜਾਬ ਦੀ ਜੇ ਗੱਲ ਕਰ ਲੈਂਦੇ ਹਾਂ, ਕਿਉਂਕਿ ਮੋਸਟਲੀ ਦੇਖਿਆ ਜਿਹੜੇ ਆਰਟਿਸਟ ਹੁੰਦੇ ਆ ਉਹ ਪੋਲੀਟੀਕਲ ਕਰੀਅਰ ਵਿੱਚ ਵੀ ਆਪਣਾ ਰਾਹ ਬਣਾਉਣਾ ਚਾਹੁੰਦੇ ਨੇ, ਕਿ ਤੁਸੀਂ ਵੀ ਅਜਿਹਾ ਕੁਛ ਚਾਹੁੰਦੇ ਹੋ ਜਾਂ ਅੱਗੇ ਵਿੱਚ ਕੋਈ ਪਲੈਨਿੰਗ ਹੋ ਰਹੀ ਹੈ? ਇਸ ਤੋਂ ਪਹਿਲਾਂ ਮੇਰੇ ਬਹੁਤ ਚੈਨਲ 'ਚ ਇੰਟਰਵਿਊ ਕਰ ਚੁੱਕੇ, ਮੇਰਾ ਸਿਆਸਤ ਨਾਲ ਕੋਈ ਨੇੜੇ ਤੇੜੇ ਦਾ ਲੈਣਾ ਦੇਣਾ ਨਹੀਂ ਹੈ, ਨਾ ਹੀ ਮੈਂ ਸਿਆਸਤ 'ਚ ਆਉਣਾ ਚਾਹੁੰਦਾ। ਹਾਂ, ਸੇਵਾ ਜਿਹੜੀ ਮੈਂ ਮੇਰੇ ਅੰਦਰ ਸੇਵਾ ਭਾਵਨਾ ਹੈ, ਜਿਹੜਾ ਮੈਂ ਕੋਈ ਵੀ ਮੁੱਦਾ ਹੈ, ਕਿਸੇ ਵੀ ਮੁੱਦੇ 'ਤੇ ਗੱਲ ਹੁੰਦੀ ਹੈ ਅਤੇ ਮੈਂ ਉਹਦੇ ਨਾਲ ਜ਼ਰੂਰ ਜੁੜਿਆ ਹੁੰਦਾ। ਚਾਹੇ ਅੱਜ ਇੱਕ ਵੱਡਾ ਮੁੱਦਾ ਫਿਰ ਉੱਭਰ ਕੇ ਸਾਹਮਣੇ ਆਇਆ 15 ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਨਿਰਾਦਰ ਕੀਤਾ ਗਿਆ ਸੀਗਾ ਜੀ, ਉਹਨਾਂ ਦੀ ਬੇਅਦਬੀ ਕੀਤੀ ਗਈ ਸੀ ਜੀ ਜੀ। ਮੈਂ ਕੱਲ੍ਹ ਇੱਕ ਪੋਸਟ ਵੀ ਪਾਈ ਸੀ, ਬੜੇ ਲੋਕਾਂ ਨੇ ਸ਼ੇਅਰ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪੰਨੇ ਹੈ ਉਹਨਾਂ ਨੂੰ ਗਲੀਆਂ 'ਚ ਰੋਲਣ ਕਰਕੇ ਸ਼ਾਇਦ ਅਸੀਂ ਸਾਰਾ ਪੰਜਾਬ ਰੁਲ ਗਿਆ, ਅੱਜ ਸਾਡੇ ਇਹ ਹਾਲਾਤ ਹੋ ਗਏ ਜੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਸਭ ਤੋਂ ਉੱਚ ਮੰਨਦੇ ਹਾਂ, ਜਿਹਦੇ 'ਚ ਸਾਰੇ ਗੁਰੂਆਂ ਦੀ ਬਾਣੀ ਦਰਜ ਹੈ, ਸਾਰੇ ਪੀਰਾਂ ਫਕੀਰਾਂ ਪੈਗੰਬਰਾਂ ਦੀ ਬਾਣੀ ਦਰਜ ਹੈ, ਜਿਹੜਾ ਮਾਨਵਤਾ ਦਾ ਉਪਦੇਸ਼ ਦਿੰਦਾ ਗੁਰੂ ਗ੍ਰੰਥ ਸਾਹਿਬ, ਮਾਨਸ ਕੀ ਜਾਤ ਸਭੇ ਇੱਕ ਪਹਿਚਾਨਵੋ ਦਾ ਸੁਨੇਹਾ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਅਤੇ ਅਜੇ ਤੱਕ ਉਹਨਾਂ ਦੇ ਕਾਤਲਾਂ ਦਾ ਫੜੇ ਨਾ ਜਾਣਾ, ਇਹ ਕਿਤੇ ਨਾ ਕਿਤੇ ਕੁਐਸਚਨ ਮਾਰਕ ਸਵਾਲ ਸਾਡੇ ਉੱਤੇ ਚੜ੍ਹਦਾ ਹੈ। ਸਾਡੇ ਉੱਤੇ ਸਵਾਲ ਆ ਜਾਂ ਰਾਜਨੀਤਿਕ ਸਵਾਲ ਆ ਜਾਂ ਰਾਜਨੇਤਾਵਾਂ 'ਤੇ ਸਵਾਲ ਆ? ਨਹੀਂ, ਇਹ ਸਵਾਲ ਸਾਡੇ 'ਤੇ ਆ, ਕਿਉਂਕਿ ਮੈਂ ਫੋਲਟੀ ਪਹਿਲਾਂ ਆਪਣੇ ਆਪ ਨੂੰ ਮੰਨਦਾ, ਸਰਕਾਰਾਂ ਅਸੀਂ ਚੁਣਦੇ ਹਾਂ, ਸਾਨੂੰ ਸਰਕਾਰਾਂ ਸਾਡੀ ਝੋਲੀ 'ਚ ਕੀ ਪਾਉਂਦੀਆਂ ਜੀ? ਤੁਸੀਂ ਲੋਕ ਵਾਅਦੇ, ਹਾਂ ਵਾਅਦੇ, ਅਸੀਂ ਪਿੰਡਾਂ ਦੀਆਂ ਪੱਕੀਆਂ ਨਾਲੀਆਂ ਜਾਂ ਸੜਕਾਂ ਤੱਕ ਹੀ ਸੀਮਤ ਰਹਿ ਗਏ ਜੀ, ਅਸੀਂ ਆਪਣੀਆਂ ਲੋੜਾਂ ਤੱਕ ਹੀ ਸੀਮਤ ਰਹਿ ਗਏ। ਜੇ ਅੱਜ ਤੁਹਾਡੇ 'ਤੇ ਭੀੜ ਆਈ ਸੀ ਅਤੇ ਤੁਸੀਂ ਦਿੱਲੀ ਜਾ ਕੇ ਬੈਠੇ, ਗੁਰੂ ਗ੍ਰੰਥ ਸਾਹਿਬ 'ਤੇ ਜਦੋਂ ਭੀੜ ਆਈ ਸੀ ਉਦੋਂ ਅਸੀਂ ਇਕੱਠੇ ਕਿਉਂ ਨਹੀਂ ਹੋਏ? ਸਾਨੂੰ ਹੋਣਾ ਚਾਹੀਦਾ ਸੀ ਉਦੋਂ, ਇਹ ਬੜਾ ਵੱਡਾ ਮੁੱਦਾ ਸੀ, ਸਾਡੇ ਗੁਰੂਆਂ ਦਾ ਨਿਰਾਦਰ ਹੋਇਆ ਸੀ ਜੀ, ਗੁਰੂਆਂ ਦੀ ਬੇਅਦਬੀ ਹੋਈ ਸੀ, ਸਾਨੂੰ ਉਦੋਂ ਵੀ ਇਕੱਠੇ ਹੋਣਾ ਚਾਹੀਦਾ ਸੀ ਜੀ। ਇਸ ਕਰਕੇ ਇਹ ਸਦਾ ਹੀ ਕਿਤੇ ਨਾ ਕਿਤੇ ਜਦੋਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਗੱਲ ਹੁੰਦੀ ਹੈ ਮੈਂ ਨਾਲੋਂ ਜੁੜਦਾ, ਪਰ ਸਿਆਸਤ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ, ਨਾ ਹੀ ਮੈਂ ਸਿਆਸੀ ਜਿਹੜੇ ਮਸਲੇ ਉਹਨਾਂ 'ਚ ਪੈਣਾ ਚਾਹੁੰਦਾ।
ਅਤੇ ਨਾਲ ਸਿਆਸੀ ਬੰਦਿਆਂ ਨੂੰ ਵੀ ਬੇਨਤੀ ਕਰਦਾ, ਹਾਲ ਦੀ ਘੜੀ ਜਿਹੜਾ ਹੈਗਾ ਇੱਕੋ ਹੀ ਮੁੱਦਾ ਸਾਡਾ, ਮਿੱਟੀ ਦਾ ਮੁੱਦਾ ਸਾਡੀ, ਇਕੱਠੇ ਹੋ ਕੇ ਰਹਿਣਾ ਅਤੇ ਇਕੱਠੇ ਹੋ ਕੇ ਇਹਨੂੰ ਆਪਾਂ ਜਿੱਤ ਲਈਏ, ਅਤੇ ਆਪਾਂ ਬਾਅਦ ਦੇ ਵਿੱਚ ਜੋ ਵੀ ਆਪਸੀ ਸਾਡੇ ਭੇਦ ਭਾਵ ਨੇ, ਇਸ ਟਾਈਮ ਮੈਂ ਦੇਖ ਰਿਹਾ ਸੋਸ਼ਲ ਨੈਟਵਰਕ 'ਤੇ ਲੋਕ ਆਪਸ ਦੇ ਵਿੱਚ ਬੜੀ ਭੜਾਸ ਕੱਢ ਰਹੇ ਨੇ, ਹਾਂਜੀ ਹਾਂਜੀ, ਕਿਉਂਕਿ ਜੇ ਸਾਡੀ ਵਿਚਾਰਧਾਰਾ ਇੱਕ ਨਹੀਂ ਹੈਗੀ ਤਾਂ ਅਸੀਂ ਕਦੇ ਵੀ ਨਹੀਂ ਜਿੱਤਾਂਗੇ, ਚਾਹੇ ਉਹ ਕੋਈ ਵੀ ਮੁੱਦਾ ਹੋਵੇ। ਅਤੇ ਲਾਸਟ ਕੁਐਸਚਨ ਆ ਮੇਰਾ, ਦਰਸ਼ਕ ਵੀ ਸਾਡੇ ਇਹੀ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਹੁਣ ਤੱਕ ਚੰਡੀਗੜ੍ਹ ਵਿੱਚ ਆਪਣਾ ਘਰ ਕਿਉਂ ਨਹੀਂ ਲਿਆ? ਇਹ ਮੈਂ ਪਹਿਲਾਂ ਹੀ ਇੱਕ ਤੁਹਾਨੂੰ ਇਹਦਾ ਜਵਾਬ ਦੇ ਚੁੱਕਿਆ, ਜਿਹੜੇ ਦਾਣੇ ਆ ਤੁਹਾਡੇ ਜਿਹੜੀ ਕਿਸਮਤ 'ਚ ਲਿਖਿਆ ਉਹ ਉਵੇਂ ਹੋਣਾ। ਜਦੋਂ ਮੇਰਾ ਕੋਈ ਜਗ੍ਹਾ ਲਿਖੀ ਗਈ ਵੀ ਇਸ ਜਗ੍ਹਾ 'ਤੇ ਤੂੰ ਰਹਿਣਾ, ਉੱਥੇ ਹੀ ਘਰ ਬਣੂੰਗਾ, ਕਿਉਂਕਿ ਅਜੇ ਤੱਕ ਨਾਲੇ ਜਿਹੜੀ ਇਮਾਨਦਾਰੀ ਦੀ ਰੋਟੀ ਉਹਦੇ ਨਾਲ ਘਰ ਨਹੀਂ ਬਣਦੇ। ਫਿਲਹਾਲ ਤੁਹਾਨੂੰ ਘਰ ਲੈਣ ਦੀ ਕੋਈ ਲੋੜ ਨਹੀਂ ਆ, ਕਿਉਂਕਿ ਤੁਸੀਂ ਲੱਖਾਂ ਦੇ ਦਿਲਾਂ ਵਿੱਚ ਰਹਿੰਦੇ ਹੋ। ਆਹ ਅਸਲੀ ਗੱਲ ਆ ਜਿਹੜੀ ਹੁਣ ਤੁਸੀਂ, ਆਹ ਤੁਹਾਡਾ ਘਰ ਆ, ਕਿਉਂਕਿ ਹਰ ਇੱਕ ਦੇ ਦਿਲ 'ਚ ਰਹਿਣਾ ਸਭ ਤੋਂ ਵੱਡਾ ਘਰ ਹੈ ਜੀ। ਘਰ ਜ਼ਰੂਰੀ ਨਹੀਂ ਵੀ ਇੱਟਾਂ ਦਾ ਬਣਿਆ ਹੋਵੇ, ਕਿਸੇ ਨਾਲ ਜਿਹੜਾ ਪਿਆਰ ਮੁਹੱਬਤ ਉਹ ਸਭ ਤੋਂ ਵੱਡਾ ਜੀ, ਇਹ ਸਭ ਤੋਂ ਵੱਡੀ ਆ। ਅਤੇ ਸਾਡੇ ਟਾਈਮ ਵੀ ਹੋ ਚੱਲਿਆ, ਉਮੀਦ ਕਰਦੀ ਕਿ ਜੇ ਅਸੀਂ ਨੈਕਸਟ ਟਾਈਮ ਵੀ ਮਿਲਾਂ ਤਾਂ ਅਜਿਹੀਆਂ ਲੰਬੀਆਂ ਗੱਲਾਂ ਸਾਡੀਆਂ ਹੋਣ ਅਤੇ ਤੁਹਾਡੇ ਤਜ਼ਰਬੇ ਤੋਂ ਅਸੀਂ ਬਹੁਤ ਕੁਛ ਸਿੱਖੀਏ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ। ਥੈਂਕ ਯੂ ਸਰ। ਧੰਨਵਾਦ ਤੁਹਾਡਾ ਅਤੇ ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਸਮਾਂ ਦਿੱਤਾ, ਪਿਆਰ ਦਿੱਤਾ ਅਤੇ ਸਾਡੀਆਂ ਗੱਲਾਂ ਨੂੰ ਸੁਣਿਆ। ਅਤੇ ਇੱਕ ਵਾਰੀ ਤੁਹਾਡਾ ਫਿਰ ਧੰਨਵਾਦ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸ਼ੋਅ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਅਤੇ ਅੱਜ ਦੇ ਸਾਡੇ ਪਰਸਨੈਲਿਟੀ, ਸਾਡੇ ਆਰਟਿਸਟ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਉਹਨਾਂ ਦੀਆਂ ਗੱਲਾਂ, ਅਤੇ ਉਹਨਾਂ ਤੋਂ ਤੁਸੀਂ ਉਹਨਾਂ ਦੇ ਤਜ਼ਰਬੇ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ। ਫਿਰ ਅਸੀਂ ਨੈਕਸਟ ਸ਼ੋਅ ਵਿੱਚ ਕਿਸੇ ਹੋਰ ਆਰਟਿਸਟ ਨਾਲ ਜ਼ਰੂਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।